ਦੇਸ਼ ਵਿਦੇਸ਼ ਦੇ ਵਿੱਚ ਅਕਾਲ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਸਾਂਝ ਕਰੀਜੇ ਦੇ ਵਿੱਚ ਸਵਾਗਤ ਹੈ। ਅਸੀਂ ਇਸ ਵਕਤ ਬੈਠੇ ਹੋਏ ਹਾਂ ਅੰਮ੍ਰਿਤਸਰ ਸਟੂਡੀਓ ਦੇ ਵਿੱਚ, ਜਿੱਥੋਂ ਇਹ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਜਾਂਦਾ ਹੈ। ਸਮੁੱਚੀ ਅਕਾਲ ਚੈਨਲ ਦੀ ਟੀਮ ਦੇ ਯਤਨਾਂ ਦੇ ਸਦਕਾ ਔਰ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਹਮੇਸ਼ਾ ਹੀ ਇਹ ਕੋਸ਼ਿਸ਼ ਰੱਖੀ ਹੈ ਕਿ ਉਹਨਾਂ ਸਿੱਖ ਸ਼ਖਸੀਅਤਾਂ ਦੇ ਨਾਲ ਜੋ ਵੱਖ ਵੱਖ ਫੀਲਡ ਦੇ ਵਿੱਚ, ਵੱਖ ਵੱਖ ਖੇਤਰ ਦੇ ਵਿੱਚ ਆਪਣੇ ਨਿੱਜੀ ਰੁਝੇਵਿਆਂ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਗੁਰੂ ਪਾਤਸ਼ਾਹ ਦਾ ਜੋ ਸਿਧਾਂਤ ਸੀ ਉਹਨੂੰ ਪ੍ਰਚਾਰਨ ਦੇ ਵਾਸਤੇ ਯਤਨਸ਼ੀਲ ਨੇ, ਜਾਂ ਬਤੌਰ ਉਹਨੂੰ ਆਪਣਾ ਪ੍ਰੋਫੈਸ਼ਨ ਬਣਾ ਕੇ ਜਾਂ ਆਪਣਾ ਉਹਨੂੰ ਇੱਕ ਟਾਰਗੇਟ ਮੰਨ ਕੇ ਜੋ ਧਰਮ ਪ੍ਰਚਾਰ ਦੇ ਵਾਸਤੇ ਜਾਂ ਸਮਾਜ ਦਾ ਜਿਹੜਾ ਪੱਧਰ ਹੈ ਉਹਨੂੰ ਉੱਚਾ ਚੱਕਣ ਦੇ ਵਾਸਤੇ, ਸਮਾਜ ਦੇ ਵਿੱਚ ਆ ਰਹੀਆਂ ਗਿਰਾਵਟਾਂ ਦੇ ਪ੍ਰਤੀ ਲੋਕਾਈ ਨੂੰ ਜਾਗਰੂਕ ਕਰਨ ਦੇ ਵਾਸਤੇ ਜੋ ਯਤਨਸ਼ੀਲ ਨੇ, ਅਜਿਹੀਆਂ ਸ਼ਖਸੀਅਤਾਂ ਨੂੰ ਅਸੀਂ ਸਮੇਂ-ਸਮੇਂ ਅਕਾਲ ਚੈਨਲ ਦੇ ਦਰਸ਼ਕਾਂ ਦੇ ਰੂਬਰੂ ਕਰਾਇਆ। ਸੋ ਠੀਕ ਇਸੇ ਤਰ੍ਹਾਂ ਅੱਜ ਵੀ ਅਸੀਂ ਇੱਕ ਖਾਸ ਸ਼ਖਸੀਅਤ ਦੇ ਨਾਲ ਆਪ ਜੀ ਨੂੰ ਮਿਲਵਾਉਣ ਜਾ ਰਹੇ ਹਾਂ, ਜੋ ਬਤੌਰ ਗੁਰਮਤਿ ਅਧਿਆਪਕ ਸਕੂਲਾਂ ਦੇ ਵਿੱਚ ਜਿਹੜਾ ਸਾਡੀ ਪਨੀਰੀ ਹੈ, ਛੋਟੇ ਬੱਚੇ ਨੇ ਉਹਨਾਂ ਦੇ ਵਿੱਚ ਗੁਰਸਿੱਖੀ ਦਾ ਬੀਜ ਬੀਜਣ ਦੇ ਵਾਸਤੇ ਯਤਨਸ਼ੀਲ ਨੇ, ਕਿਉਂਕਿ ਅਧਿਆਪਕ ਦਾ ਜੀਵਨ ਦੇ ਵਿੱਚ ਇੱਕ ਬੜਾ ਅਹਿਮ ਰੋਲ ਹੁੰਦਾ ਹੈ, ਅਹਿਮ ਮਹੱਤਵ ਹੁੰਦਾ ਹੈ, ਜੋ ਬੱਚੇ ਦੇ ਜੀਵਨ ਦੀ ਘਾੜਤ ਕਰਨ ਦੇ ਵਾਸਤੇ ਬੜਾ ਸਹਿਯੋਗੀ ਮੰਨਿਆ ਜਾਂਦਾ ਹੈ। ਪਰ ਉੱਥੇ ਜਦੋਂ ਦੁਨਿਆਵੀ ਵਿੱਦਿਆ ਦੇ ਨਾਲ ਜੇਕਰ ਧਰਮ ਦਾ ਕੁੰਡਾ ਵਿਦਿਆਰਥੀਆਂ ਦੇ ਉੱਤੇ ਰੱਖ ਦਿੱਤਾ ਜਾਵੇ ਤਾਂ ਸਮਾਜ ਜਿਹੜਾ ਹੈ, ਜਦੋਂ ਉਹ ਬੱਚੇ ਵੱਡੇ ਹੁੰਦੇ ਨੇ, ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਤੋਂ ਉਹ ਬਚ ਸਕਦਾ ਹੈ। ਸੋ ਮੇਰੀ ਮੁਰਾਦ ਹੈ ਸਤਿਕਾਰਯੋਗ ਸ਼ਖਸੀਅਤ ਸ਼੍ਰੀਮਤੀ ਰਵਿੰਦਰ ਕੌਰ ਜੀ, ਜੋ ਇਸ ਵਕਤ ਸਟੂਡੀਓ 'ਚ ਪਹੁੰਚੇ ਹੋਏ ਨੇ। ਸਭ ਤੋਂ ਪਹਿਲਾਂ ਤਾਂ ਰਵਿੰਦਰ ਕੌਰ ਜੀ, ਤੁਹਾਡਾ ਸਵਾਗਤ ਹੈ ਅਕਾਲ ਚੈਨਲ ਦੇ ਸਟੂਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਅਸੀਂ ਗੱਲਬਾਤ ਕੀਤੀ ਹੈ ਆਰੰਭ ਦੇ ਵਿੱਚ ਕਿ ਗੁਰਮਤਿ ਅਧਿਆਪਕ ਦੇ ਰੂਪ ਵਿੱਚ ਆਪ ਜੀ ਸਕੂਲਾਂ ਦੇ ਵਿੱਚ ਇੱਕ ਲੰਬੇ ਸਮੇਂ ਤੋਂ ਆਪਣਾ ਜਿਹੜਾ ਵਾ ਜੋ ਤੁਹਾਡਾ ਤਜਰਬਾ ਹੈ ਜਾਂ ਗੁਰਮਤਿ ਗੁਰਬਾਣੀ ਦੀ ਗੱਲ ਹੈ ਉਹ ਤੁਸੀਂ ਆਪਣੇ ਬੱਚਿਆਂ ਤੱਕ ਪਹੁੰਚਾਉਣ ਵਾਸਤੇ ਯਤਨਸ਼ੀਲ ਹੋ, ਤੁਸੀਂ ਇਹਦੀ ਸ਼ੁਰੂਆਤ ਕਦੋਂ ਕੀਤੀ ਔਰ ਤੁਸੀਂ ਇਹਨੂੰ ਕਿਸ ਢੰਗ ਦੇ ਨਾਲ ਲੈਂਦੇ ਹੋ ਕਿ ਬੱਚਿਆਂ ਦੇ ਵਿੱਚ ਜਿਹੜੀ ਗੁਰਮਤਿ ਦਾ ਜਿਹੜਾ ਸਬਜੈਕਟ ਹੈ ਉਹ ਕਿੰਨਾ ਕੁ ਜ਼ਰੂਰੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੁਰਮਤਿ ਦੀ ਸ਼ੁਰੂਆਤ ਮੈਨੂੰ ਘਰ ਤੋਂ ਹੀ ਮਿਲੀ ਹੈ ਜੀ, ਮੇਰੇ ਮੰਮੀ ਡੈਡੀ ਤੋਂ ਜੀ। ਡੈਡੀ ਬਹੁਤ ਜ਼ਿਆਦਾ ਗੁਰਬਾਣੀ ਨਾਲ ਪਿਆਰ ਕਰਦੇ ਹੈ ਜੀ, ਅਤੇ ਇਸ ਤੋਂ ਬਾਅਦ ਮੈਂ ਟੀਚਰ ਰਹੀ ਹਾਂ, ਇੰਗਲਿਸ਼ ਵਗੈਰਾ ਸਾਇੰਸ ਐਵਲੇ ਸਬਜੈਕਟ ਪੜ੍ਹਾਉਂਦੀ ਰਹੀ ਹਾਂ ਜੀ। ਠੀਕ ਹੈ। ਫਿਰ ਜਿਸ ਟਾਈਮ ਮੈਂ ਦੇਖਿਆ ਕਿ ਗੁਰਮਤਿ ਟੀਚਰ ਵੀ ਹੁੰਦੇ ਨੇ, ਮੈਨੂੰ ਗੁਰਮਤਿ ਟੀਚਰ ਬਾਰੇ ਨਹੀਂ ਸੀ ਪਤਾ ਕੁਛ ਵੀ ਜੀ, ਅਤੇ ਮੇਰੇ ਮਨ 'ਚ ਆਈ ਕਿ ਕਿਉਂ ਨਾ ਮੈਂ ਇਸ ਲਾਈਨ ਵਿੱਚ ਜਾਵਾਂ ਜੀ, ਅਤੇ ਉਸ ਤੋਂ ਬਾਅਦ ਮੈਂ ਕਈਆਂ ਦਾ ਸਹਿਯੋਗ ਲਿਆ ਕਿ ਮੈਨੂੰ ਗੁਰਮਤਿ ਟੀਚਰ ਲਈ ਕਿਸੇ ਸਕੂਲ 'ਚ ਜਗ੍ਹਾ ਮਿਲ ਸਕਦੀ ਹੈ ਜੀ। ਫਿਰ ਮੈਨੂੰ ਇੱਕ ਲੜਕੀ ਨੇ ਦੱਸਿਆ, ਹਾਂ ਵੀ ਬਹੁਤ ਜ਼ਿਆਦਾ ਟਰੱਸਟ ਹੈਗੇ ਆ ਜੀ, ਜਿਹੜੇ ਕਰ ਸਕਦੇ ਤੁਸੀਂ ਟੀਚਰ ਦੀ ਲਾਈਨ 'ਚ ਜਾ ਸਕਦੇ ਹੋ ਇਹ ਵਾਲੀ ਜੀ। ਅਤੇ ਫਿਰ ਮੈਂ ਇੱਕ ਟਰੱਸਟ ਜੁਆਇਨ ਕੀਤਾ ਜੀ, ਇੱਕ ਗੁਰਮਤਿ ਟੀਚਰ ਉੱਥੇ ਲੱਗੀ। ਜਦੋਂ ਮੈਂ ਦੇਖਿਆ ਕਿ ਕਈ ਬੱਚੇ ਇਸ ਤਰ੍ਹਾਂ ਦੇ ਸੀ ਕਿ ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪਤਾ ਹੀ ਨਹੀਂ ਸੀ ਜੀ, ਗੁਰਦੁਆਰੇ ਜਾਂਦੇ ਆ ਜੀ, ਮੱਥਾ ਟੇਕਦੇ ਆ, ਬਸ ਪਰਿਕਰਮਾ ਕਰਕੇ ਆ ਜਾਂਦੇ ਆ ਜੀ। ਅਤੇ ਸਟਾਰਟਿੰਗ ਤੋਂ ਮੈਂ ਫਿਰ ਬੱਚਿਆਂ ਨੂੰ ਪਹਿਲਾ ਕੁਸ਼ਚਨ ਇਹ ਪੁੱਛਿਆ ਕਿ ਸਾਡੇ ਗੁਰੂ ਕੌਣ ਹੈ ਜੀ, ਬੱਚਿਆਂ ਨੂੰ ਇਸ ਬਾਰੇ ਪਤਾ ਹੀ ਨਹੀਂ ਸੀ ਕਿ ਸਾਡੇ ਗੁਰੂ ਕੌਣ ਹੈ ਜੀ। ਉਹ ਕਹਿੰਦੇ ਜਿਹੜੇ ਬਾਬਾ ਜੀ ਬੈਠੇ ਹੁੰਦੇ ਆ ਉਹ ਸਾਡੇ ਗੁਰੂ ਆ ਜੀ, ਅਤੇ ਅਸੀਂ ਕਿਹਾ ਤੁਸੀਂ, ਮੈਂ ਪੁੱਛਿਆ ਤੁਸੀਂ ਬਾਬਾ ਜੀ ਨੂੰ ਮੱਥਾ ਟੇਕ, ਉਹਨਾਂ ਨੂੰ ਮੱਥਾ ਟੇਕ ਕੇ ਆਉਂਦੇ ਹੋ? ਹਾਂਜੀ, ਅਸੀਂ ਉਹਨਾਂ ਨੂੰ ਟੇਕਦੇ ਹਾਂ। ਉਹਨਾਂ ਨੂੰ ਈਵਨ ਇੰਨਾ ਨਹੀਂ ਸੀ ਪਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਉੱਥੇ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ ਜੀ। ਫਿਰ ਮੈਂ ਉਹਨਾਂ ਨੂੰ ਸਮਝਾਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੁੰਦਾ ਹੈ, ਉਹ ਜਿਹੜੇ ਗ੍ਰੰਥੀ ਸਿੰਘ ਬੈਠੇ ਹੁੰਦੇ ਆ ਉਹ ਉਹਦੇ ਉੱਤੋਂ ਪਾਠ ਕਰਦੇ ਆ, ਸੁਣਾਉਂਦੇ ਆ ਜੀ। ਅਤੇ ਸਾਡੇ ਗੁਰਦੁਆਰੇ ਜਾਣ ਦਾ ਮਕਸਦ ਵੀ ਇਹੋ ਹੀ ਆ ਕਿ ਅਸੀਂ ਜਾਈਏ, ਬੈਠੀਏ, ਹੁਕਮਨਾਮਾ ਸੁਣੀਏ, ਕੀਰਤਨ ਸੁਣੀਏ, ਕਥਾ ਸੁਣੀਏ, ਸਾਡੇ ਜੀਵਨ 'ਚ ਵੀ ਉਸਦਾ ਅਮਲ ਹੋਵੇ ਜੀ। ਕਿਉਂਕਿ ਆਪਾਂ ਦੇਖਦੇ ਹਾਂ ਕਿ ਜਿਹੜੀ ਸਕੂਲਾਂ ਦੇ ਵਿੱਚ ਸਾਡਾ ਸਿਸਟਮ ਹੈ, ਹਰ ਸਬਜੈਕਟ ਦੇ ਉੱਤੇ ਬਰਾਬਰ ਜ਼ੋਰ ਦਿੱਤਾ ਜਾਂਦਾ ਹੈ। ਜੇ ਕਿਸੇ ਸਬਜੈਕਟ ਵਿੱਚ ਕੋਈ ਬੱਚਾ ਕਮਜ਼ੋਰ ਹੈ ਤਾਂ ਉਹਦੇ ਵਾਸਤੇ ਵੀ ਖਾਸ ਤੌਰ 'ਤੇ ਜਿਹੜਾ ਟਿਊਸ਼ਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਹਦੇ ਇਲਾਵਾ ਬੱਚੇ, ਪੇਰੈਂਟਸ ਜਿਹੜੇ ਨੇ ਉਹ ਬੱਚਿਆਂ ਨੂੰ ਘਰ ਵਿੱਚ ਵੀ ਬਹੁਤ ਜ਼ੋਰ ਪਾਉਂਦੇ ਨੇ ਆਪਣੇ ਸਬਜੈਕਟ ਦੇ ਵਾਸਤੇ ਜਾਂ ਆਪਣੀ ਸਟੱਡੀ ਦੇ ਵਾਸਤੇ, ਅੱਗੇ ਵਧਣ ਦੇ ਵਾਸਤੇ। ਪਰ ਜਿਹੜਾ ਗੁਰਮਤਿ ਦਾ ਸਬਜੈਕਟ ਹੈ
ਜਿਵੇਂ ਤੁਸੀਂ ਦੱਸਿਆ ਵੀ ਜਦੋਂ ਅਸੀਂ ਬੱਚਿਆਂ ਨੂੰ ਪੁੱਛਿਆ ਤਾਂ ਉਹਨਾਂ ਕੋਲ ਇਹ ਸਹੀ ਠੀਕ ਜਵਾਬ ਨਹੀਂ ਸੀ। ਵੀ ਕਿਤੇ ਨਾ ਕਿਤੇ ਪੇਰੈਂਟਸ ਦੇ ਵਿੱਚ ਵੀ ਖਾਮੀ ਹੈ, ਕਿਤੇ ਕਿਤੇ ਉਹਨਾਂ ਦਾ ਵੀ ਕਸੂਰ ਹੈ ਕਿ ਉਹ ਆਪਣੇ ਬੱਚਿਆਂ ਨੂੰ ਹੋਰ ਦੁਨਿਆਵੀ ਵਿੱਦਿਆ ਦੇ ਵਾਸਤੇ ਤਾਂ ਯਤਨਸ਼ੀਲ ਨੇ, ਪਰ ਜਿਹੜਾ ਧਰਮ ਦੀ ਵਿੱਦਿਆ ਦੀ ਗੱਲ ਸੀ, ਜਿਹੜੀ ਧਰਮ ਦੀ ਗੱਲ ਸੀ, ਜਿਹਨੇ ਸਾਨੂੰ ਇੱਕ ਚੰਗੇਰਾ ਇਨਸਾਨ ਬਣਾਉਣਾ ਸੀ, ਜਿਹਨੇ ਉਹ ਅੰਦਰ ਗੁਣ ਪੈਦਾ ਕਰਨੇ ਸੀ ਕਿ ਜੋ ਅਸੀਂ ਸਿੱਖ ਰਹੇ ਹਾਂ, ਜੋ ਅਸੀਂ ਸਮਾਜ ਵਿੱਚੋਂ ਪੜ੍ਹ ਰਹੇ ਹਾਂ, ਇਹਨੂੰ ਕਿੱਦਾਂ ਅਸੀਂ ਇੰਪਲੀਮੈਂਟ ਕਰਨਾ ਹੈ, ਕਿੱਦਾਂ ਅਸੀਂ ਲੋਕਾਂ ਦੀ ਭਲਾਈ ਦੇ ਵਾਸਤੇ ਵੀ ਇਸ ਵਿੱਦਿਆ ਨੂੰ ਵਰਤਣਾ ਹੈ, ਉਹ ਸ਼ਾਇਦ ਸਾਨੂੰ ਕਿਤੇ ਨਾ ਕਿਤੇ ਧਰਮ ਨੇ ਵੀ ਸਿਖਾਉਣਾ ਸੀ। ਵੀ ਕਿਤੇ ਨਾ ਕਿਤੇ ਕਿ ਮਾਤਾ ਪਿਤਾ ਦਾ ਕੋਈ ਘਾਟ ਹੈ ਕਿ ਜਿਹੜੀ ਉਹ ਬੱਚਿਆਂ ਨੂੰ ਸਹੀ ਤਰੀਕੇ ਨਾਲ ਜਿਹੜੀ ਸਿੱਖਿਆ ਨਹੀਂ ਦਿੱਤੀ ਜਾ ਰਹੀ। ਤੁਸੀਂ ਕੀ ਸਮਝਦੇ ਹੋ ਵੀ ਜਿਹੜੇ ਵਿੱਦਿਆ ਜਿਹੜਾ ਮਾਤਾ ਪਿਤਾ ਹੈ, ਜਿਹੜੇ ਪੇਰੈਂਟਸ ਨੇ, ਉਹਨਾਂ ਦਾ ਇੱਥੇ ਕੀ ਰੋਲ ਹੋਣਾ ਚਾਹੀਦਾ ਹੈ? ਧਾਰਮਿਕ ਵਿੱਦਿਆ ਵਿੱਚ ਮਾਤਾ ਪਿਤਾ ਦਾ ਵੀ ਅਹਿਮ ਰੋਲ ਹੋਣਾ ਚਾਹੀਦਾ ਹੈ ਜੀ। ਜੇ ਅਸੀਂ ਬੱਚੇ ਨੂੰ ਸ਼ੁਰੂ ਤੋਂ ਗੁਰਦੁਆਰੇ ਲੈ ਕੇ ਗਏ ਹੁੰਦੇ, ਉਹਨਾਂ ਨੂੰ ਇਸ ਬਾਰੇ ਸਮਝਾਇਆ ਹੁੰਦਾ, ਤਾਂ ਬੱਚੇ ਨੇ ਤਾਂ ਬਿਲਕੁਲ ਸਹੀ ਜਵਾਬ ਦੇਣਾ ਸੀ ਜੀ। ਪੇਰੈਂਟਸ ਇਸ ਵੱਲ 'ਤੇ ਧਿਆਨ ਬਿਲਕੁਲ ਦਿੰਦੇ ਹੀ ਨਹੀਂ ਆ। ਕੁਛ ਪੇਰੈਂਟਸ ਹੈ ਜਿਹੜੇ ਚਾਹੁੰਦੇ ਕਿ ਸਾਡਾ ਬੱਚਾ ਗੁਰਸਿੱਖੀ ਵੱਲ ਜੀਵੇ, ਧਾਰਮਿਕ ਜੀਵਨ ਬਤੀਤ ਕਰੇ, ਨਾਲ ਨਾਲ ਦੁਨਿਆਵੀ ਪੜ੍ਹਾਈ ਵੀ ਕਰੇ ਜੀ, ਪਰ ਜ਼ਿਆਦਾਤਰ ਲੋਕ ਇਹਨੂੰ ਐਕਸਟਰਾ ਸਬਜੈਕਟ ਸਮਝਦੇ ਆ। ਕੀ ਸਕੂਲਾਂ ਦੇ ਵਿੱਚ ਵੀ ਕੋਈ ਇੱਦਾਂ ਦੀ ਗੱਲਬਾਤ ਹੁੰਦੀ ਹੈ ਕਿ ਸਕੂਲਾਂ ਦੇ ਵਿੱਚ ਵੀ ਕਈ ਵਾਰੀ ਵੇਖਿਆ ਜਾਂਦਾ ਵੀ ਇਹਨੂੰ ਜ਼ੀਰੋ ਪੀਰੀਅਡ ਕਹਿ ਦਿੱਤਾ, ਜਾਂ ਇਹਨੂੰ ਐਕਸਟਰਾ ਪੀਰੀਅਡ ਕਹਿ ਦਿੱਤਾ, ਜਾਂ ਇਹਨੂੰ ਇੱਦਾਂ ਕਹਿ ਲੈਂਦੇ ਵੀ ਜਿਹੜੇ ਬੱਚੇ ਦਾ ਇੰਟਰਸਟ ਹੈ ਉਹ ਧਾਰਮਿਕ ਪੀਰੀਅਡ ਲੱਖ ਰਵੇ, ਜਿਹਦਾ ਨਹੀਂ ਇੰਟਰਸਟ ਉਹ ਉਸ ਵੇਲੇ ਆਪਣਾ ਕੋਈ ਹੋਰ ਸਬਜੈਕਟ ਪੜ੍ਹ ਸਕਦਾ ਹੈ? ਵੀ ਕਿਤੇ ਸਕੂਲਾਂ ਵਿੱਚ ਵੀ ਤੁਸੀਂ ਵਿਚਰਦੇ ਹੋ ਵੀ ਕਿੱਦਾਂ ਦਾ ਮਾਹੌਲ ਹੈ? ਕੁਝ ਸਕੂਲਾਂ 'ਚ ਤਾਂ ਸਿਸਟਮ ਵਧੀਆ ਚੱਲ ਰਿਹਾ ਹੈ, ਉਹ ਟੀਚਰ ਨੂੰ ਸਪੈਸ਼ਲ ਪੀਰੀਅਡ ਦਿੱਤੇ ਜਾਂਦੇ ਆ, ਪਰ ਕਈ ਟੀਚਰਸ ਆ ਕੇ ਕਹਿੰਦੇ ਆ ਕਿ ਸਾਨੂੰ ਜਿਸ ਦਿਨ ਕੋਈ ਟੀਚਰ ਨਹੀਂ ਆਇਆ ਜੀ ਉਹਨਾਂ ਦੀ ਜਗ੍ਹਾ ਐਡਜਸਟਮੈਂਟ ਲਗਾ ਦਿੱਤੀ ਜਾਂਦੀ ਹੈ, ਜਦਕਿ ਉਹ ਗੁਰਮਤ ਟੀਚਰ ਆ, ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਗੁਰਮਤ ਨਹੀਂ ਪੜ੍ਹਾਉਣੀ, ਜਿਹੜਾ ਪੀਰੀਅਡ ਆ ਉਹੀ ਤੁਸੀਂ ਲਗਾਓ ਜੀ। ਇਹ ਖਾਸ ਤੌਰ 'ਤੇ ਮੈਨੂੰ ਲੱਗਦਾ ਵੀ ਕਿ ਜਿਹੜੇ ਸਾਡੇ ਮੁਹੱਲਾ ਪੱਧਰ 'ਤੇ ਜਿਹੜੇ ਛੋਟੇ ਸਕੂਲ ਨੇ ਉਹਨਾਂ ਵਿੱਚ ਸ਼ਾਇਦ ਬਹੁਤਾ ਇਸ ਤਰ੍ਹਾਂ ਕੀਤਾ ਜਾਂਦਾ ਹੈ। ਜਿਹੜੀ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਜਿਹੜੀਆਂ ਇੱਕ ਲਗਾਤਾਰ ਚੰਗੇ ਲੈਵਲ 'ਤੇ ਚੰਗੇ ਧਾਰਮਿਕ ਅਧਿਆਪਕ ਰੱਖ ਕੇ ਉਹਨਾਂ ਨੂੰ ਚੰਗਾ ਪੇ ਸਕੇਲ ਦੇ ਕੇ ਪ੍ਰੋਪਰ ਪੜ੍ਹਾ ਰਹੀਆਂ ਨੇ, ਉਹਦੇ ਬਾਵਜੂਦ ਵੀ ਅਸੀਂ ਵੇਖਦੇ ਹਾਂ ਕਿ ਸਕੂਲਾਂ ਦੇ ਵਿੱਚ ਵੀ ਜਿਹੜੀ ਆ ਗੁਰਮਤ ਦੀ ਉਹੋ ਜਿਹੀ ਖੁਸ਼ਬੂ ਨਹੀਂ ਸਾਨੂੰ ਆ ਰਹੀ ਜਿਹੋ ਜਿਹੀ ਕਿ ਇੱਕ ਧਾਰਮਿਕ ਟੀਚਰ ਹੋਣ ਦੇ ਬਾਵਜੂਦ ਸਕੂਲ ਦੇ ਵਿੱਚ ਆਉਣੀ ਚਾਹੀਦੀ ਸੀ। ਇੱਥੇ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ, ਸਕੂਲ ਦੀ ਮੈਨੇਜਮੈਂਟ ਕਮੇਟੀ ਨੂੰ ਜਾਂ ਉਹਨਾਂ ਸੰਸਥਾਵਾਂ ਨੂੰ ਜਿਹੜੀਆਂ ਅਧਿਆਪਕ ਉੱਤੇ ਉਹਨੂੰ ਪ੍ਰੈਸ਼ਰਾਈਜ਼ ਕਰਕੇ ਜਾਂ ਕਿਸ ਤਰ੍ਹਾਂ ਕੰਮ ਲਿਆ ਜਾਂਦਾ, ਤੁਸੀਂ ਇਹਦੇ ਬਾਰੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਜ਼ਰੂਰ ਦੱਸੋ? ਸਕੂਲ ਦੀ ਮੈਨੇਜਮੈਂਟ ਕਮੇਟੀ ਦਾ ਵੀ ਇਹਦੇ ਵਿੱਚ ਪੂਰਾ ਹੱਥ ਹੈ। ਜੇ ਤਾਂ ਉਹ ਗੁਰਮਤ ਟੀਚਰ ਨਾਲ ਸਹਿਮਤ ਆ ਜੀ ਅਤੇ ਉਹ ਸਕੂਲ ਦੇ ਬੱਚੇ ਵੀ ਗੁਰਮਤ ਵਿੱਚ ਅੱਗੇ ਜਾਣਗੇ, ਜੇ ਸਕੂਲ ਦੀ ਮੈਨੇਜਮੈਂਟ ਕਮੇਟੀ ਨਹੀਂ ਟੀਚਰ ਵੱਲ ਧਿਆਨ ਦੇਗੀ, ਉਹਨਾਂ ਦੀ ਵੀ ਸਹਿਮਤੀ ਜ਼ਰੂਰੀ ਹੈ ਜੀ, ਅਤੇ ਜੇ ਉਹ ਹੀ ਨਹੀਂ ਧਿਆਨ ਦੇਗੀ ਤਾਂ ਫਿਰ ਟੀਚਰ ਇਕੱਲੀ ਕੁਛ ਨਹੀਂ ਕਰ ਸਕਦੀ। ਤੁਹਾਨੂੰ ਕਦੀ ਇਹਦਾ ਕੋਈ ਮੁਸ਼ਕਲ ਆਈ ਹੋਵੇ, ਤੁਸੀਂ ਕੀ ਸਮਝਦੇ ਹੋ ਵੀ ਕਿੱਦਾਂ ਹੋਣਾ ਚਾਹੀਦਾ, ਕੀ ਹੱਲ ਕੀ ਹੈਗਾ ਵਾ? ਕਿਉਂਕਿ ਅਸੀਂ ਵੇਖਦੇ ਹਾਂ ਵੀ ਖਾਸ ਤੌਰ 'ਤੇ ਜਿਹੜੇ ਗੁਰੂਆਂ ਦੇ ਨਾਮ ਉੱਤੇ ਸਕੂਲ ਨੇ ਜਾਂ ਕਾਲਜ ਨੇ ਜਾਂ ਇੰਸਟੀਟਿਊਸ਼ਨ ਨੇ ਜਾਂ ਸਾਡੇ ਭਗਤ ਸਾਹਿਬਾਨਾਂ ਦੇ ਨਾਂ 'ਤੇ ਨੇ, ਉੱਥੇ ਇਹ ਜ਼ਿਆਦਾ ਵੇਖਣ ਨੂੰ ਮਿਲਦੀ ਹੈ ਵੀ ਇਹ ਘਾਟ ਜਿਹੜੀ ਆ ਰੜਕਦੀ ਹੈ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੁੱਖ ਰੂਪ ਵਿੱਚ ਅਸੀਂ ਇਹ ਚੀਜ਼ ਇੱਕ ਲੰਮੇ ਸਮੇਂ ਤੋਂ ਵੇਖਦੇ ਆ ਰਹੇ ਹਾਂ ਵੀ ਧਾਰਮਿਕ ਅਧਿਆਪਕ ਵੀ ਨੇ ਸਕੂਲਾਂ ਵਿੱਚ, ਕੰਪੀਟੀਸ਼ਨ ਵੀ ਹੋ ਰਹੇ ਨੇ, ਪਰ ਕਿਤੇ ਨਾ ਕਿਤੇ ਘਾਟ ਹੈ ਕਿ ਜਿਹੜੀ ਉਹ ਅੰਦਰੋਂ ਜਿਹੜੀ ਵਿਦਿਆਰਥੀ ਦੇ ਵਿੱਚ ਖਿੱਚ ਹੈ ਧਰਮ ਦੇ ਪੀਰੀਅਡ ਵਾਸਤੇ ਉਹ ਸਾਨੂੰ ਨਹੀਂ ਮਿਲਦੀ ਪਈ। ਵਿਦਿਆਰਥੀ ਦੇ ਅੰਦਰ ਇਹ ਖਿੱਚ ਇਸ ਲਈ ਨਹੀਂ ਮਿਲ ਰਹੀ ਕਿ ਬਹੁਤ ਜ਼ਿਆਦਾ ਸੰਸਥਾਵਾਂ ਕੰਮ ਕਰ ਰਹੀਆਂ ਨੇ ਜੀ। ਕੋਈ ਸੰਸਥਾਨ ਦੀ ਹੈ ਕਿ ਸਾਡਾ ਇਹ ਵਾਲਾ ਪੇਪਰ ਹੈਗਾ ਹੈ, ਟੀਚਰ ਨੂੰ ਕਿਹਾ ਜਾਂਦਾ ਕਿ ਇਹਦੀ ਤਿਆਰੀ ਕਰਵਾਓ ਜੀ। ਦੂਸਰੀ ਸੰਸਥਾਨ ਦੀ ਹੈ, ਉਹ ਵੀ ਕਹਿੰਦੀ ਕਿ ਸਾਡੇ ਵੱਲੋਂ ਪੇਪਰ ਕਰਵਾਓ ਤੁਸੀਂ। ਤੀਸਰੀ ਸੰਸਥਾਨ ਦੀ, ਚਾਰ ਪੰਜ ਸੰਸਥਾਵਾਂ ਆਉਣਗੀਆਂ। ਹੁਣ ਇੱਕ ਧਾਰਮਿਕ ਟੀਚਰ ਕਿਹੜੀ ਕਿਹੜੀ ਤਿਆਰੀ ਕਰਵਾਏਗਾ ਜੀ, ਉਹਦੇ ਲਈ ਬਹੁਤ ਔਖਾ ਹੈ। ਪਰ ਫਿਰ ਵੀ ਕੁਛ ਮਿਹਨਤੀ ਟੀਚਰ ਹੈ ਜੀ, ਜਿਹੜੇ ਕਿ ਪੂਰੀ ਕੋਸ਼ਿਸ਼ ਕਰਦੇ ਆ, ਚਲੋ ਸਿਲੇਬਸ ਤਾਂ ਇੱਕ ਹੀ ਹੈ ਨਾ ਜੀ, ਕਰਵਾ ਦਿੰਦੇ ਆ, ਕੋਈ ਗੱਲ ਨਹੀਂ। ਪਰ ਬੱਚੇ ਬਰਡਨ ਸਮਝਦੇ ਆ ਜੀ, ਉਹ ਬੜੇ ਕਹਿੰਦੇ ਅਸੀਂ ਸਕੂਲ ਦੀ ਪੜ੍ਹਾਈ ਕਰਾਂਗੇ ਜਾਂ ਅਸੀਂ ਇਹ ਕਰਾਂਗੇ, ਸਾਨੂੰ ਇੱਕ ਕੰਮ ਕਰਨ ਲਈ ਦਿੱਤਾ ਜਾਵੇ, ਫਿਰ ਉੱਥੇ ਆਪਣੇ ਵੀ ਮਨ 'ਚ ਆ ਜਾਂਦੀ ਬੱਚੇ ਕੀ ਕਰਨ, ਬੱਚਿਆਂ ਲਈ ਵੀ ਥੋੜ੍ਹਾ ਔਖਾ ਆ ਜੀ। ਅਤੇ ਇਹ ਸੰਸਥਾਵਾਂ ਜਿਹੜੀਆਂ ਹੈ, ਇਹ ਚਾਹੀਦਾ ਕਿ ਇਹ ਸਲਾਹ ਕਰਨ, ਇੱਕ ਮਸ਼ਵਰਾ ਕਰਨ ਕਿ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਸਿਲੇਬਸ ਵੀ ਇੱਕ ਹੀ ਹੋਵੇ, ਅਲੱਗ ਅਲੱਗ ਸਿਲੇਬਸ ਨਹੀਂ ਹੋਣਾ ਚਾਹੀਦਾ ਜੀ। ਜਿਵੇਂ ਗੱਲਬਾਤ ਤੁਸੀਂ ਕਰਦੇ ਪਏ ਹਾਂ ਵੀ ਆਪਾਂ ਸਿਲੇਬਸ ਦੀ ਗੱਲ ਕੀਤੀ ਜਾਂ ਵੱਖ ਵੱਖ ਸੰਸਥਾਵਾਂ ਦੀ, ਵੀ ਕਿ ਇੱਦਾਂ ਹੁੰਦਾ ਕਿ ਇੱਕ ਸਕੂਲ ਦੇ ਵਿੱਚ ਇੱਕ ਧਾਰਮਿਕ ਅਧਿਆਪਕ ਹੈ, ਉਹ ਕੇਵਲ ਇੱਕ ਹੈ, ਜਿਹੜਾ ਸਬਜੈਕਟ ਟੀਚਰ ਹੈ ਉਹਦੀ ਵੈਲਿਊ ਵੀ ਜ਼ਿਆਦਾ ਮੰਨੀ ਜਾਂਦੀ ਹੈ, ਪਰ ਧਾਰਮਿਕ ਟੀਚਰ ਨੂੰ ਇੱਕ ਵੱਖਰੇ ਜਾਂ ਸਹਿਮਤੀ ਜਾਂ ਅਸਹਿਮਤੀ ਅਕਸਰ ਜਿਹੜੀ ਹੈ ਸਕੂਲਾਂ ਦੇ ਵਿੱਚ ਚੱਲਦੀ ਰਹਿੰਦੀ ਹੈ, ਔਰ ਉਹਦੇ ਬਾਵਜੂਦ ਸਾਡੀਆਂ ਕੁਝ ਅਜਿਹੀਆਂ ਸੰਸਥਾਵਾਂ ਜਿਹੜੀਆਂ ਕੋਈ ਧਾਰਮਿਕ ਪ੍ਰੀਖਿਆ ਸਲਾਨਾ ਕਰਾ ਰਹੀ ਹੈ,
ਕੋਈ ਸਹਿਜ ਪਾਠ ਦੇ ਵਾਸਤੇ ਯਤਨਸ਼ੀਲ ਹੈ ਵੀ ਵਿਦਿਆਰਥੀਆਂ ਨੂੰ ਸਹਿਜ ਪਾਠ ਕਰਵਾਇਆ ਜਾਵੇ। ਤੀਸਰੀ ਸੰਸਥਾਨ ਦੀ ਉਹ ਕਹਿੰਦੀ ਵੀ ਬੱਚਿਆਂ ਦੇ ਸਕੂਲ ਵਿੱਚ ਗੁਰਮਤਿ ਕੈਂਪ ਲਗਾਉਣਾ ਹੈ, ਉਹਨੂੰ ਉਹਦੀ ਤਿਆਰੀ ਕਰਵਾਈ ਜਾਵੇ। ਚੌਥੀ ਸੰਸਥਾਨ ਦੀ ਉਹ ਕਹਿੰਦੀ ਵੀ ਇਹਦੇ ਵਿੱਚ ਗੁਰਮਤਿ ਮੁਕਾਬਲੇ ਕਰਵਾਏ ਜਾਣੇ ਨੇ, ਸੋ ਆਪਣੇ ਬੱਚਿਆਂ ਦੇ ਜਿਹੜੇ ਆ ਨਾਮ ਦੱਸੇ ਜਾਣ, ਜਿਹਦੇ ਕਰਕੇ ਵਿਦਿਆਰਥੀ ਵੀ ਕਿਤੇ ਨਾ ਕਿਤੇ ਉਹ ਪਚੱਕਾ ਜਿਹਾ ਹੋ ਜਾਂਦਾ ਵੀ ਮੈਂ ਹੁਣ ਕਿਸ ਸਬਜੈਕਟ ਦੀ ਤਿਆਰੀ ਕਰਾਂ, ਜਾਂ ਜਿਹੜੇ ਕੁਝ ਵਿਦਿਆਰਥੀ ਚੁਣਦੇ ਗਏ ਨੇ ਜਾਂ ਜਿਹੜੇ ਵਰਕ ਕਰਦੇ ਪਏ ਨੇ ਜਾਂ ਜਿਹੜੇ ਥੋੜ੍ਹੇ ਜਿਹੇ ਕੌਨਫੀਡੈਂਸ ਹੈਗੇ ਨੇ, ਉਹ ਸਾਰੀ ਜ਼ਿੰਮੇਵਾਰੀ ਉਹਨਾਂ ਉੱਤੇ ਪਾ ਦਿੱਤੀ ਜਾਂਦੀ ਔਰ ਉਹ ਹੀ ਸਾਰੇ ਕੰਪੀਟੀਸ਼ਨ ਲੜਦੇ ਲੜਦੇ ਅੱਗੇ ਤੱਕ ਪਹੁੰਚਦੇ ਰਹਿੰਦੇ ਨੇ ਔਰ ਸ਼ੀਲਾਂ ਪ੍ਰਾਪਤ ਕਰਦੇ ਰਹਿੰਦੇ ਨੇ, ਪਰ ਕਲਾਸ ਦਾ ਜਿਹੜਾ ਬਾਕੀ ਹਿੱਸਾ ਹੈ ਜਾਂ ਬਾਕੀ ਵਿਦਿਆਰਥੀ ਨੇ ਉਹ ਜਿਹੜੇ ਗੁਰਮਤਿ ਰੋਗ ਕਿਸੇ ਨਾ ਕਿਸੇ ਢੰਗ ਨਾਲ ਵਾਂਝੇ ਰਹਿ ਜਾਂਦੇ ਨੇ। ਸੋ ਇੱਥੇ ਕਿਹੋ ਜਿਹਾ ਸਿਸਟਮ ਹੋਣਾ ਚਾਹੀਦਾ ਵਾ, ਕਿਸ ਢੰਗ ਤਰੀਕੇ ਨਾਲ ਚੱਲੀਏ ਵੀ ਜਿਹੜਾ ਸਕੂਲ ਦੇ ਵਿੱਚ ਜਿਹੜਾ ਗੁਰਮਤਿ ਅਧਿਆਪਕ ਹੈ ਉਹਨੂੰ ਕਿਹੜੀਆਂ ਕਿਹੜੀਆਂ ਇਹ ਦਿੱਤੀਆਂ ਹੋਣ, ਜਿਹੜੀਆਂ ਪਾਵਰਾਂ ਦਿੱਤੀਆਂ ਹੋਣ ਵੀ ਉਹ ਸਹੀ ਤਰੀਕੇ ਨਾਲ ਆਪਣਾ ਗੁਰਮਤਿ ਪ੍ਰਚਾਰ ਕਰਾ ਸਕਦਾ ਬੱਚਿਆਂ ਨੂੰ। ਧਾਰਮਿਕ ਦੇ ਪੀਰੀਅਡ ਪੂਰਾ ਇੱਕ ਹਫ਼ਤਾ ਲੱਗਣਾ ਚਾਹੀਦਾ, ਇੱਕ ਕਲਾਸ ਵਿੱਚ ਇੱਕ ਪੂਰਾ ਹਫ਼ਤਾ ਪੀਰੀਅਡ ਲੱਗੇਗਾ ਜਿਸ ਤਰ੍ਹਾਂ ਬਾਕੀ ਸਬਜੈਕਟ ਲੱਗਦੇ ਆ ਜੀ, ਉਹਦੇ ਅਕੋਰਡਿੰਗ ਜੇ ਲੱਗੇਗਾ ਪੂਰਾ ਇੱਕ ਹਫ਼ਤਾ ਤਾਂ ਬੱਚਾ ਹਰ ਰੋਜ਼ ਜੀ ਗੁਰਬਾਣੀ ਵੀ ਪੜ੍ਹੇਗਾ, ਇਤਿਹਾਸ ਤੋਂ ਵੀ ਜਾਣੂ ਹੋਏਗਾ। ਜੇ ਹਫ਼ਤੇ ਵਿੱਚ 2 ਦਿਨ ਪੀਰੀਅਡ ਲੱਗਿਆ ਜੀ ਅਤੇ ਅਗਲੇ ਹਫ਼ਤੇ ਫਿਰ 2 ਦਿਨ ਆਉਣਾ ਪੀਰੀਅਡ, ਅਤੇ ਉਹਦੇ ਵਿੱਚ ਇੱਕ ਦਿਨ ਛੁੱਟੀ ਆ ਗਈ, ਇੱਕ ਦਿਨ ਰਹਿ ਗਿਆ ਜੀ, ਉਨੀ ਦੇਰ ਨੂੰ ਤਾਂ ਬੱਚੇ ਨੂੰ ਵੀ ਭੁੱਲ ਜਾਂਦਾ ਕਿ ਅਸੀਂ ਕੀ ਕੀਤਾ ਸੀ ਕੀ ਨਹੀਂ ਕੀਤਾ ਸੀ। ਜਿਹੜਾ ਰੈਗੂਲਰ ਪੀਰੀਅਡ ਲੱਗ ਰਿਹਾ ਹੈ ਉਹਦਾ ਤਾਂ ਬੱਚੇ ਨੂੰ ਹਰ ਇੱਕ ਗੱਲ ਯਾਦ ਆ ਕਿ ਅਸੀਂ ਅੱਜ ਇਹ ਕਰਨਾ ਹੈ, ਅੱਜ ਅਗਲਾ ਸਿਲੇਬਸ ਕਰਨਾ, ਅੱਜ ਅਗਲਾ। ਅਤੇ ਜਦ ਦਿਨ ਹਫ਼ਤੇ ਵਿੱਚ 2 ਪੀਰੀਅਡ ਹੀ ਮਿਲੇ ਤਾਂ ਉਹਦੇ ਵਿੱਚ ਬੱਚਾ ਨੈਕਸਟ ਟਾਈਮ ਭੁੱਲ ਜਾਏ, ਕਈ ਵਾਰੀ 2 ਛੁੱਟੀਆਂ ਇੰਨੀਆਂ ਉਹ 2 ਪੀਰੀਅਡ ਮਿਸ ਹੋ ਜਾਂਦੇ ਆ, ਫਿਰ 2 ਹਫ਼ਤੇ ਪੈ ਜਾਂਦੇ ਨੈਕਸਟ ਹਫ਼ਤੇ ਪੀਰੀਅਡ ਲੱਗਦਾ ਉਹਨਾਂ ਦਾ। ਅਤੇ ਇਸ ਲਈ ਥੋੜ੍ਹਾ ਹੈ ਤਾਂ ਔਖਾ ਕੰਮ ਆ ਪਰ ਕੋਈ ਇਸ ਸਬਜੈਕਟ ਨੂੰ ਸਮਝਦਾ ਨਹੀਂ ਆ ਜੀ। ਟੀਚਰਸ ਵੀ ਕਹਿ ਦਿੰਦੇ ਆ ਬੱਚੇ ਹਰ ਵੇਲੇ ਡਿਵਿਨਿਟੀ ਪੜ੍ਹਦੇ ਰਹਿੰਦੇ ਆ ਜੀ, ਡਿਵਿਨਿਟੀ ਸਬਜੈਕਟ ਇਹਦੀ ਕੋਈ ਵੈਲਿਊ ਤਾਂ ਹੈ ਨਹੀਂ ਆ, ਇੱਥੋਂ ਤੱਕ ਕਿ ਪੇਰੈਂਟਸ ਵੀ ਕਹਿੰਦੇ ਆ ਜੀ। ਈਵਨ ਕਿ ਸਕੂਲ ਵਾਲੇ ਵੀ ਇਸ ਤਰ੍ਹਾਂ ਕਰਦੇ ਆ ਕਿ ਜਿਹੜਾ ਇਹਦਾ ਰਿਜ਼ਲਟ ਹੈ ਸਾਲ ਬਾਅਦ ਛਮਾਈ, 1 ਛਮਾਈ, 2 ਛਮਾਈ, 2 ਵਾਰੀ ਪੇਪਰ ਹੁੰਦੇ ਆ ਅਤੇ ਇਹ ਵਿੱਚ ਐਡ ਨਹੀਂ ਕੀਤਾ ਜਾਂਦਾ, ਰਿਜ਼ਲਟ ਜਦੋਂ ਪੂਰਾ ਤਿਆਰ ਹੁੰਦਾ ਸਾਰੇ ਸਬਜੈਕਟਾਂ ਦੇ ਵਿੱਚ ਐਡ ਨਹੀਂ ਕੀਤਾ ਜਾਂਦਾ ਇਸ ਸਬਜੈਕਟ ਨੂੰ, ਅਤੇ ਇਹਦਾ ਅਲੱਗ ਰਿਜ਼ਲਟ ਕੱਢਿਆ ਜਾਂਦਾ ਹੈ। ਅਤੇ ਪੇਰੈਂਟਸ ਨੂੰ ਵੀ ਇਹ ਹੋ ਜਾਂਦਾ ਹੈ ਕਿ ਚਲੋ ਕੋਈ ਗੱਲ ਨਹੀਂ ਆ, ਇਹਦੇ ਕਿਹੜੇ ਵਿੱਚ ਨੰਬਰ ਐਡ ਹੋ ਜਾਣੇ ਆ, ਜੇ ਸਬਜੈਕਟ ਦੇ ਅਕੋਰਡਿੰਗ ਵਿੱਚ ਨੰਬਰ ਐਡ ਹੋਣ ਅਤੇ ਬੱਚੇ ਦੀ ਪੁਜੀਸ਼ਨ ਥੋੜ੍ਹੀ ਡਾਊਨ ਹੋਏਗੀ ਅਤੇ ਥੋੜ੍ਹੇ ਪੇਰੈਂਟਸ ਵੀ ਉਹਨਾਂ ਨੂੰ ਵੀ ਫਿਕਰ ਹੋਏਗਾ ਕਿ ਨਹੀਂ ਇਹ ਵਾਲਾ ਜ਼ਰੂਰੀ ਹੈ। ਜਿਵੇਂ ਕਿ ਘੱਟੋ ਘੱਟ ਕਹਿਣ ਤੋਂ ਭਾਵ ਵੀ ਜਿਹੜੀ ਸਿੱਖ ਸੰਸਥਾਵਾਂ ਜਾਂ ਸਿੱਖ ਇੰਸਟੀਟਿਊਸ਼ਨ ਜਿਹੜੇ ਹੈਗੇ ਨੇ ਉਹਨਾਂ ਵਿੱਚ ਜਿਹੜੀ ਧਾਰਮਿਕ ਵਿੱਦਿਆ ਵਾ ਉਹ ਬਿਲਕੁਲ ਦੂਜੇ ਸਬਜੈਕਟਾਂ ਦੇ ਵਾਂਗੂ ਕੰਪਲਸਰੀ ਹੋਣੀ ਚਾਹੀਦੀ ਹੈ, ਔਰ ਤਾਂ ਕਿ ਉਹਦੇ ਵਾਸਤੇ ਜਿਹੜੇ ਪੇਰੈਂਟਸ ਨੇ ਉਹ ਵੀ ਬਰਾਬਰ ਦਾ ਜਿਹੜਾ ਜ਼ੋਰ ਉਹਦੇ ਉੱਤੇ ਪਾ ਸਕਣ ਵੀ ਇਹਦੀ ਪਰਸੈਂਟੇਜ ਦੇ ਨਾਲ ਵੀ ਜਿਹੜਾ ਬੱਚੇ ਰਿਜ਼ਲਟ ਉੱਪਰ ਜਾਂ ਥੱਲੇ ਜਾ ਸਕਦਾ ਹੈ ਤਾਂ ਜਿਹੜਾ ਇਹਦਾ ਨਤੀਜਾ ਹੋਰ ਵਧੀਆ ਨਿਕਲ ਸਕਦਾ ਹੈ। ਸੋ ਇਸੇ ਤਰ੍ਹਾਂ ਆਪਾਂ ਅਜੇ ਹੋਰ ਵੀ ਜਿਹੜੀਆਂ ਸਕੂਲਾਂ ਦੇ ਵਿੱਚ ਧਾਰਮਿਕ ਵਿੱਦਿਆ ਦਾ ਜੋ ਕੀ ਮਾਹੌਲ ਹੈ ਜਾਂ ਉਹ ਕਿਸ ਢੰਗ ਨਾਲ ਹੋਣੀ ਚਾਹੀਦੀ ਹੈ ਜਾਂ ਗੁਰਮਤਿ ਅਧਿਆਪਕ ਵੱਲੋਂ ਕਿਹੜੀਆਂ ਕਿਹੜੀਆਂ ਸ਼ਕਤੀਆਂ ਹੋਣੀਆਂ ਚਾਹੀਦੀਆਂ ਨੇ, ਪਾਵਰਾਂ ਹੋਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਉਹ ਆਪਣਾ ਜਿਹੜਾ ਸਬਜੈਕਟ ਹੈ ਹੋਰ ਵਧੀਆ ਢੰਗ ਤਰੀਕੇ ਨਾਲ ਕਰਾ ਸਕੇ। ਆਪਾਂ ਸਮਾਂ ਹੋ ਚੁੱਕਾ ਇੱਕ ਛੋਟੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਇਹਦੇ ਉੱਤੇ ਵਾਪਸ ਗੱਲਬਾਤ ਕਰਦੇ ਹਾਂ ਤਾਂ ਕਿ ਜਿਹੜਾ ਗੁਰਮਤਿ ਅਧਿਆਪਕ ਦਾ ਜਿਹੜਾ ਵਿਦਿਆਰਥੀ ਦਾ ਜੀਵਨ ਘੜਨ ਦੇ ਵਿੱਚ ਯੋਗਦਾਨ ਹੈ ਉਹ ਕਿਵੇਂ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਨਿਭਾ ਸਕਦਾ ਹੈ। ਸੋ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਅਕਾਲ ਚੈਨਲ ਦੇ ਸਮੂਹ ਦਰਸ਼ਕਾਂ ਦਾ ਪ੍ਰੋਗਰਾਮ ਸਾਂਝ ਕਰੀਜੇ ਦੇ ਵਿੱਚ ਅੰਮ੍ਰਿਤਸਰ ਸਟੂਡੀਓ ਤੋਂ। ਜਾਣ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਪਏ ਸੀ ਸਤਿਕਾਰਯੋਗ ਰਵਿੰਦਰ ਕੌਰ ਜੀ ਦੇ ਨਾਲ ਜੋ ਬਤੌਰ ਧਾਰਮਿਕ ਅਧਿਆਪਕਾ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਰੋਜ਼ਾਨਾ ਹੀ ਗੁਰਮਤਿ ਦੇ ਵਿਸ਼ੇ ਉੱਤੇ ਗੱਲਬਾਤ ਕਰਦੇ ਨੇ ਉਹਨਾਂ ਦੇ ਤਜ਼ਰਬਿਆਂ ਤੋਂ ਜਾਂ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਨੇ ਧਾਰਮਿਕ ਅਧਿਆਪਕ ਨੂੰ ਉਹਦੇ ਬਾਰੇ ਜਾਂ ਸਕੂਲ ਮੈਨੇਜਮੈਂਟ ਵੱਲੋਂ ਉਹ ਕਿਹੜੇ ਢੰਗ ਤਰੀਕੇ ਨੇ ਜਿਹਦੇ ਨਾਲ ਅਸੀਂ ਜਿਹੜਾ ਕਿ ਧਾਰਮਿਕ ਅਧਿਆਪਕ ਦੀ ਡਿਊਟੀ ਹੈ ਉਹਨੂੰ ਵਧੀਆ ਢੰਗ ਦੇ ਨਾਲ ਨਿਭਾ ਸਕਦੇ ਹਾਂ, ਉਹ ਕਿਹੜੀਆਂ ਪਾਵਰਾਂ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਇਹ ਜਿਹੜਾ ਧਾਰਮਿਕ ਸਬਜੈਕਟ ਦੀ ਗੱਲ ਹੈ ਇਹ ਸਕੂਲ ਵੱਲੋਂ ਨਹੀਂ ਰੱਖਿਆ ਜਾਂਦਾ। ਜਿਹੜੀਆਂ ਪ੍ਰਾਈਵੇਟ ਤੌਰ 'ਤੇ ਸੰਸਥਾਵਾਂ ਧਰਮ ਪ੍ਰਚਾਰ ਵਾਸਤੇ ਯਤਨਸ਼ੀਲ ਨੇ ਉਹਨਾਂ ਦੇ ਵੱਲੋਂ ਕੁਝ ਉੱਦਮਾਂ ਦੇ ਸਦਕਾ ਸਕੂਲਾਂ ਦੇ ਵਿੱਚ ਧਾਰਮਿਕ ਅਧਿਆਪਕਾਂ ਦਾ ਜਿਹੜਾ ਵਾ ਅਹੁਦਾ ਬਣਾਇਆ ਗਿਆ ਹੈ।
ਕੁਝ ਸਕੂਲ ਬੇਸ਼ੱਕ ਤੇ ਹੈ ਨੇ ਜਿਹੜੇ ਆਪਣੇ ਪੱਧਰ ਤੇ ਗੁਰਮਤ ਅਧਿਆਪਕ ਰੱਖ ਕੇ ਸਕੂਲਾਂ ਦੇ ਵਿੱਚ ਜਿਹੜੀ ਗੁਰਬਾਣੀ ਦੀ ਗੱਲ ਹੈ, ਗੁਰਮਤ ਦੀ ਗੱਲ ਹੈ, ਕਿਉਂਕਿ ਇਹ ਕੇਵਲ ਸਿੱਖਾਂ ਵਾਸਤੇ ਨਹੀਂ ਬਲਕਿ ਸਮੁੱਚੀ ਮਾਨਵਤਾ ਦੇ ਵਾਸਤੇ ਔਰ ਸਮੁੱਚੇ ਵਿਦਿਆਰਥੀ ਜੀਵਨ ਦੇ ਵਾਸਤੇ, ਭਾਵੇਂ ਉਹ ਕਿਸੇ ਵੀ ਧਰਮ ਦਾ ਜਾਂ ਜਾਤ ਦਾ ਜਾਂ ਮਜ਼ਹਬ ਦਾ ਵਿਦਿਆਰਥੀ ਉਸ ਸਕੂਲ ਦੇ ਵਿੱਚ ਪੜ੍ਹਦਾ ਹੈ, ਜਦੋਂ ਗੁਰਮਤ ਦੀ ਜਦੋਂ ਗੁਰਬਾਣੀ ਦੀ ਗੱਲ ਹੁੰਦੀ ਹੈ ਤਾਂ ਉਹ ਬਿਲਕੁਲ ਸਾਂਝੀ ਗੱਲ ਹੁੰਦੀ ਹੈ, ਕਿਸੇ ਖਾਸ ਮਕਸਦ ਜਾਂ ਖਾਸ ਮਜ਼ਹਬ ਦੇ ਵਾਸਤੇ ਨਹੀਂ, ਕਿਸੇ ਤਰ੍ਹਾਂ ਦੀ ਕੋਈ ਫਿਰਕਾਪ੍ਰਸਤ ਦੀ ਗੱਲ ਉਹਦੇ ਵਿੱਚ ਨਹੀਂ ਹੁੰਦੀ, ਜਿਵੇਂ ਦੂਜੇ ਧਰਮਾਂ ਜਾਂ ਦੂਸਰੇ ਮਤਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਕੇਵਲ ਆਪਣੇ ਮਤ ਦੀ ਸਲਾਹਣਾ ਕੀਤੀ ਜਾਂਦੀ ਹੈ। ਅਜਿਹਾ ਨਹੀਂ, ਬਲਕਿ ਇੱਕ ਮਨੁੱਖੀ ਜੀਵਨ ਦੀ ਜਿਹੜੀ ਘਾੜਤ ਹੈ, ਜਿਹੜਾ ਮਨੁੱਖੀ ਜੀਵਨ ਜਿਉਣ ਦਾ ਢੰਗ ਹੈ, ਉਹ ਜਿਹੜਾ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲਦਾ ਹੈ, ਸਮੁੱਚੀ ਮਾਨਵਤਾ ਦੇ ਵਾਸਤੇ ਉਹ ਸਾਂਝਾ ਹੈ। ਸੋ ਗੁਰਮਤਿ ਅਧਿਆਪਕਾ ਰਵਿੰਦਰ ਕੌਰ ਜੀ ਸਾਡੇ ਕੋਲ ਅਕਾਲ ਚੈਨਲ ਦੇ ਸਟੂਡੀਓ ਵਿੱਚ ਸਨ। ਆਪਾਂ ਜਾਣ ਤੋਂ ਪਹਿਲਾਂ ਗੱਲਬਾਤ ਕੀਤੀ ਸੀ ਵੀ ਉਹ ਕਿਹੜੀ ਜਿਹੜੇ ਢੰਗ ਤਰੀਕੇ ਜੋ ਸਾਨੂੰ ਉਹ ਦੇਣੀਆਂ ਚਾਹੀਦੀਆਂ ਨੇ, ਉਹ ਸ਼ਕਤੀਆਂ ਉਹ ਪਾਵਰਾਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਧਾਰਮਿਕ ਅਧਿਆਪਕ ਜਿਹੜਾ ਹੈ ਉਹ ਖੁੱਲ੍ਹ ਕੇ ਆਪਣੇ ਵਿਸ਼ੇ ਉੱਤੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਨਾਲ ਆਪਣੀ ਗੱਲਬਾਤ ਕਰ ਸਕੇ ਔਰ ਉਹਨਾਂ ਦੇ ਅੰਦਰ ਗੁਰਸਿੱਖੀ ਦਾ ਜਿਹੜਾ ਬੀਜ ਹੈ ਉਹ ਸਹੀ ਢੰਗ ਦੇ ਨਾਲ ਬੀਜਿਆ ਜਾ ਸਕੇ। ਧਾਰਮਿਕ ਅਧਿਆਪਕ ਦਾ ਬਹੁਤ ਅਹਿਮ ਰੋਲ ਹੈ ਜੀ, ਬਾਕੀ ਸਬਜੈਕਟ ਤੋਂ ਸਭ ਤੋਂ ਉੱਪਰ ਧਾਰਮਿਕ ਹੈ। ਜਿੰਨੀ ਦੇਰ ਇਨਸਾਨ ਦੇ ਅੰਦਰ ਨੈਤਿਕਤਾ ਨਹੀਂ ਹੋਏਗੀ ਜੀ, ਧਰਮ ਨਹੀਂ ਹੋਏਗਾ, ਉਹ ਸਹੀ ਤਰੀਕੇ ਨਾਲ ਸਮਾਜ ਵਿੱਚ ਵੀ ਨਹੀਂ ਵਿਚਰ ਸਕੇਗਾ ਜੀ। ਇਸ ਲਈ ਬੱਚਿਆਂ ਨੂੰ ਅਸੀਂ ਜਿਸ ਤਰ੍ਹਾਂ ਢਾਲਾਂਗੇ ਉਸੇ ਤਰੀਕੇ ਨਾਲ ਢਾਲ ਜਾਣਗੇ ਜੀ। ਉਹਦੇ ਨਾਲ ਜਿਵੇਂ ਤੁਸੀਂ ਗੱਲਬਾਤ ਕੀਤੀ ਸੀ ਵੀ ਜਿਹੜਾ ਸਬਜੈਕਟ ਨੂੰ ਜੇਕਰ ਅਸੀਂ ਕੰਪਲਸਰੀ ਕਰ ਦਿੱਤਾ ਜਾਵੇ ਤਾਂ ਹੋ ਸਕਦਾ ਮਾਤਾ ਪਿਤਾ ਦਾ ਵੀ ਉਹਦੇ ਉੱਤੇ ਯੋਗਦਾਨ ਪੈ ਸਕਦਾ ਵੀ ਹਾਂ ਇਹ ਬੱਚਾ ਜੇ ਧਰਮ ਦਾ ਵਿਸ਼ਾ ਸਕੂਲ ਵਿੱਚ ਜ਼ਰੂਰੀ ਹੈ, ਕਿਉਂਕਿ ਕਿਤੇ ਨਾ ਕਿਤੇ ਮਾਤਾ ਪਿਤਾ ਵੀ ਅਸੀਂ ਵੇਖਦੇ ਹਾਂ ਜੋ ਸਮਾਜ ਵਿੱਚ ਵਿਚਰਦੇ ਹਾਂ ਵੀ ਉਹ ਚਾਹੁੰਦੇ ਨੇ ਕਿ ਸਾਡਾ ਬੱਚਾ ਜਿਹੜਾ ਧਰਮ ਦੇ ਪੱਖ ਤੋਂ ਵੀ ਮਜ਼ਬੂਤ ਹੋਵੇ, ਕਿਉਂਕਿ ਜਿਹੜਾ ਅੱਜ ਦਾ ਸਮਾਂ ਹੈ ਜਾਂ ਨਸ਼ਿਆਂ ਦਾ ਸਮਾਂ ਹੈ ਜਾਂ ਪਤਿਤ ਪੁਣੇ ਦੀ ਗੱਲ ਹੈ ਜਾਂ ਸਮਾਜ ਵਿੱਚ ਵਿਚਰ ਰਹੀਆਂ ਹੋਰ ਬੁਰਾਈਆਂ ਦੀ ਗੱਲ ਹੈ, ਉਹ ਤਾਂ ਹੀ ਰੁਕ ਸਕਦੀ ਹੈ ਜੇਕਰ ਧਰਮ ਦਾ ਕੁੰਡਾ ਵਿਦਿਆਰਥੀ ਜੀਵਨ ਉੱਤੇ ਹੋਵੇਗਾ। ਸੋ ਉਹ ਕਿਹੜਾ ਹੀ ਜਿਹੜੀ ਤੁਸੀਂ ਗੱਲ ਕਰਦੇ ਪਏ ਸੀ ਵੀ ਜਿਹੜਾ ਉਹ ਜ਼ਰੂਰੀ ਕੀਤਾ ਜਾਵੇ ਉਹ ਕਿਵੇਂ ਕੀਤਾ ਜਾ ਸਕਦਾ ਹੈ, ਜਾਂ ਸਕੂਲ ਮੈਨੇਜਮੈਂਟ ਵੱਲੋਂ ਜਾਂ ਟਰੱਸਟ ਵੱਲੋਂ ਜਾਂ ਧਾਰਮਿਕ ਅਧਿਆਪਕ ਉਹਦੇ ਵਿੱਚ ਕੀ ਕਰ ਸਕਦਾ ਹੈ ਕਿ ਉਹਨੂੰ ਹੋਰ ਵਧੀਆ ਤਰੀਕੇ ਨਾਲ ਬਣਾਇਆ ਜਾ ਸਕੇ? ਸਕੂਲ ਮੈਨੇਜਮੈਂਟ ਲਈ ਤਾਂ ਇਹ ਕੰਪਲਸਰੀ ਕਰਨਾ ਚਾਹੀਦਾ ਹੈ ਜੀ ਕਿ ਬਾਕੀ ਸਬਜੈਕਟ ਦੇ ਨਾਲ ਇਸ ਸਬਜੈਕਟ ਦੇ ਵੀ ਨੰਬਰ ਐਡ ਕੀਤੇ ਜਾਣ ਜੀ। ਜੇ ਐਡ ਕੀਤੇ ਜਾਣਗੇ ਨੰਬਰ ਤਾਂ ਪੇਰੈਂਟਸ ਨੂੰ ਵੀ ਥੋੜ੍ਹਾ ਹੋਏਗਾ ਕਿ ਹਾਂਜੀ ਸਾਡੇ ਬੱਚੇ ਦੀ ਪਰਸੈਂਟੇਜ 'ਤੇ ਫਰਕ ਪੈ ਰਿਹਾ ਜੀ। ਪਹਿਲਾਂ ਸੀ ਇੱਕ ਦੂਸਰੇ ਵੱਲ ਦੇਖਿਆ ਦੇਖੀ, ਕਈ ਸਕੂਲਾਂ ਨੇ ਬੰਦ ਕਰ ਦਿੱਤਾ, ਨਹੀਂ ਜੀ ਇਹਨੂੰ ਅਲੱਗ ਹੀ ਰਹਿਣ ਦਿਓ ਜੇ ਅਲੱਗ ਹੈਗਾ ਹੈ ਜੀ। ਬਾਕੀ ਸਬਜੈਕਟਸ ਦੇ ਨਾਲ ਜੇ ਇਹ ਕੰਪਲਸਰੀ ਕਰ ਦਿੱਤਾ ਜਾਵੇ, ਸਕੂਲ ਦੀ ਮੈਨੇਜਮੈਂਟ ਵੀ ਨਾਲ ਸਹਿਮਤ ਹੋਵੇ, ਪੇਰੈਂਟਸ ਨੇ ਆਪੇ ਸਹਿਮਤ ਹੋ ਜਾਣਾ ਜੇ ਮੈਨੇਜਮੈਂਟ ਸਹਿਮਤ ਹੋਏਗੀ, ਕਿਉਂਕਿ ਉਹ ਕੋਈ ਵੀ ਆਪਣਾ ਰੂਲ ਲਾਗੂ ਕਰਦੇ ਤਾਂ ਪੇਰੈਂਟਸ ਨੂੰ ਮੰਨਣਾ ਹੀ ਪੈਂਦਾ ਆ ਜੀ ਜੀ। ਅਤੇ ਇਸ ਤਰੀਕੇ ਨਾਲ ਡਿਵੈਲਪਮੈਂਟ ਹੋ ਸਕਦੀ ਹੈ ਇਸ ਸਬਜੈਕਟ ਦੀ ਜੀ। ਦੂਸਰਾ, ਬੱਚੇ ਨੂੰ ਮੋਟੀਵੇਟ ਕਰਨ ਲਈ ਟੀਚਰ ਦਾ ਬਹੁਤ ਵੱਡਾ ਹੱਥ ਹੈ ਜੀ। ਇੱਕ ਐਕਸਪੀਰੀਅੰਸ ਮੈਂ ਤੁਹਾਨੂੰ ਦੱਸ ਰਹੀ ਹਾਂ, ਇੱਕ ਬੱਚਾ ਥਰਡ ਕਲਾਸ 'ਚ ਪੜ੍ਹਦਾ ਸੀ, ਬਹੁਤ ਨਲਾਇਕ ਸੀ। ਮੈਂ ਉਹਦਾ ਪੇਪਰ ਚੈੱਕ ਕਰ ਰਹੀ ਸੀ, ਪੇਪਰ ਚੈੱਕ ਕਰਕੇ ਦੇਖਿਆ ਅਤੇ ਕੁਛ ਟੀਚਰ ਵੀ ਦੇਖ ਰਹੇ ਸੀ ਜੀ। ਉਹ ਟੀਚਰ ਕਹਿ ਰਹੇ ਸੀ, ਕਹਿੰਦੇ ਬਾਕੀ ਸਬਜੈਕਟ ਦੇ ਕਰਦਾ ਨਹੀਂ ਹੈ, ਇਹ ਡਿਵਨਿਟੀ ਵਿੱਚੋਂ ਕਿਸ ਤਰ੍ਹਾਂ ਇਹ ਕਰ ਲਏਗਾ ਜੀ। ਮੈਂ ਸੁਣ ਕੇ ਥੋੜ੍ਹੀ ਬੜੀ ਹੈਰਾਨ ਜਿਹੀ ਹੋਈ ਕਿ ਟੀਚਰ ਹੋ ਕੇ ਇੰਨੀ ਗੱਲ ਕਹਿ ਰਹੇ ਆ ਕਿ ਬੱਚਾ ਕਰ ਨਹੀਂ ਸਕਦਾ। ਫਿਰ ਮੈਂ ਸਪੈਸ਼ਲ ਉਸ ਬੱਚੇ ਦਾ ਨੇਮ ਪੁੱਛ ਕੇ ਕਲਾਸ ਦਾ, ਅਤੇ ਮੈਨੂੰ ਪਤਾ ਸੀ ਕਿਉਂਕਿ ਫਸਟ ਟੂ ਨਾਈਨਥ ਟੈਂਥ ਪਲੱਸ ਵਨ ਟੂ ਤੱਕ ਇੱਕ ਟੀਚਰ ਹੀ ਹੁੰਦਾ ਹੈ, ਜ਼ਿਆਦਾ ਬੱਚਿਆਂ ਦੀ ਪਛਾਣ ਨਹੀਂ ਹੁੰਦੀ ਕਿ ਇਹ ਕਲਾਸ ਦਾ ਜਾਂ ਆਇਆ ਵਾਲਾ। ਫਿਰ ਮੈਂ ਉਸ ਬੱਚੇ ਨੂੰ ਬੁਲਾਇਆ, ਉਹਨੂੰ ਮੈਂ ਪੁੱਛਿਆ ਕਿ ਤੁਹਾਡਾ ਪੜ੍ਹਨ ਨੂੰ ਦਿਲ ਨਹੀਂ ਕਰਦਾ? ਉਹ ਕਹਿ ਰਿਹਾ, ਉਹਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਫਿਰ ਮੈਨੂੰ ਇਹੋ ਕਿਹਾ, ਤੂੰ ਇਸ ਤਰ੍ਹਾਂ ਕਰ, ਜਿੰਨਾ ਤੇਰੇ ਸਿਲੇਬਸ ਵਿੱਚ ਜਪਜੀ ਸਾਹਿਬ ਦਾ ਪਾਠ ਹੈ ਨਾ, ਤੈਨੂੰ ਤੂੰ ਪਾਠ ਕਰ ਸਕਦਾ? ਕਹਿੰਦਾ ਹਾਂਜੀ ਮੈਮ ਮੈਂ ਕਰ ਸਕਦਾ। ਉਹਨੇ 15 ਪੌੜੀਆਂ ਸੀ ਸ਼ਾਇਦ ਉਹਦੇ ਸਿਲੇਬਸ ਵਿੱਚ। ਮੈਂ ਕਿਹਾ ਤੂੰ ਹਰ ਰੋਜ਼ ਉੱਠ ਕੇ ਸਿਰਫ ਆ ਜਿਹੜੀਆਂ 15 ਪੌੜੀਆਂ ਨਾ ਦੇਖ ਕੇ ਕਰ ਲੈ ਜੀ, ਅਤੇ ਤੂੰ ਬਾਅਦ ਵਿੱਚ ਆਪਣੇ ਆਪ ਤੈਨੂੰ ਪਤਾ ਲੱਗੇਗਾ ਕਿ ਗੁਰਬਾਣੀ ਪੜ੍ਹਨ ਦਾ ਕੀ ਅਸਰ ਹੋਇਆ ਜੀ। ਅਤੇ ਉਸ ਲੜਕੇ ਨੇ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਅੱਜ ਉਹ ਬੱਚਾ 5th ਵਿੱਚ ਆ, ਉਹਨੂੰ ਜਪਜੀ ਸਾਹਿਬ ਦਾ ਪਾਠ ਪੂਰਾ ਆ ਗਿਆ ਹੈ ਜੀ। ਅਤੇ ਜਦੋਂ ਉਹਨੇ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਨਾਲ ਨਾਲ ਉਹ ਜਿਹੜੀ ਬਾਕੀ ਸਬਜੈਕਟ ਸੀ ਉਹਦੇ 'ਚੋਂ ਵੀ ਅੱਗੇ ਹੋਣਾ ਸ਼ੁਰੂ ਹੋ ਗਿਆ ਜੀ। ਅਤੇ ਟੀਚਰਸ ਹੈਰਾਨ ਹੋ ਗਏ, ਕਹਿੰਦੇ ਇਹ ਕਿੱਦਾਂ ਹੋ ਗਿਆ, ਇਹਦੇ ਇੰਨੇ ਨੰਬਰ ਕਿਸ ਤਰ੍ਹਾਂ ਆ ਗਏ? ਮੈਂ ਕਿਹਾ ਇਹ ਗੁਰਬਾਣੀ ਪੜ੍ਹਨ ਦਾ ਕਮਾਲ ਹੈ ਜੀ। ਜਿਸ ਟਾਈਮ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਅਤੇ ਉਹ ਬੱਚਾ ਬਾਕੀ ਸਬਜੈਕਟ 'ਚ ਵੀ ਆਟੋਮੈਟਿਕਲੀ
चेंज ਹੁੰਦਾ ਗਿਆ ਤੇ ਫਿਰ ਉਸ ਬੱਚੇ ਨੂੰ ਮੈਂ ਸਮਝਾਇਆ ਮੈਂ ਕਿਹਾ ਦੇਖੋ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਆ ਜਦੋਂ ਸੱਚੇ ਮਨ ਨਾਲ ਬਾਣੀ ਪੜ੍ਹ ਰਹੇ ਆ ਤੇ ਤੈਨੂੰ ਅੱਗੇ ਲੈ ਜਾ ਰਹੇ ਆ ਗੁਰੂ ਸਾਹਿਬ ਜੀ ਬਿਲਕੁਲ ਤੇ ਫਿਰ ਟੀਚਰ ਸੇ ਵੀ ਇਸ ਗੱਲ ਨੂੰ ਦੇਖ ਕੇ ਕਾਫੀ ਹੈਰਾਨ ਹੋਏ ਬਾਕੀ ਸਬਜੈਕਟਸ ਦੇ ਕਿ ਵਾਕਿਆ ਹੀ ਬੱਚੇ 'ਚ ਕੁਛ ਹੈ ਕਿਸ ਨਾ ਕਿਸੇ ਢੰਗ ਨਾਲ ਆਪਾਂ ਜੇ ਬੱਚੇ ਨੂੰ ਮੋਟੀਵੇਟ ਕਰਦੇ ਹਾਂ ਮਤਲਬ ਕਿਸੇ ਵੀ ਤਰੀਕੇ ਨਾਲ ਕੋਈ ਨਵੀਂ ਚੀਜ਼ ਜਾਂ ਨਵੀਂ ਗੱਲ ਦੱਸਦੇ ਹਾਂ ਜਦੋਂ ਉਹਨੂੰ ਫੋਲੋ ਕਰਦਾ ਹੈ ਤਾਂ ਉਹਨੂੰ ਇੱਕ ਆਪਣੇ ਆਪ ਵਿੱਚ ਹੀ ਅੰਦਰ ਇੱਕ ਫੀਲਿੰਗ ਆਉਂਦੀ ਵੀ ਸ਼ਾਇਦ ਹੁਣ ਕੁਛ ਵੱਖਰਾ ਹੋਵੇਗਾ ਅਤੇ ਜਦੋਂ ਉਹਦਾ ਰਿਜ਼ਲਟ ਨਿਕਲਦਾ ਹੈ ਤਾਂ ਉਹ ਆਪਣੇ ਨੂੰ ਮਾਣ ਮਹਿਸੂਸ ਕਰਦਾ ਵੀ ਹਾਂ ਅੱਜ ਕਿਸੇ ਨਾ ਕਿਸੇ ਢੰਗ ਦੇ ਨਾਲ ਮੇਰੇ ਅੰਦਰ ਜਿਹੜੀ ਹੈ ਮੈਨੂੰ ਗੁਰਬਾਣੀ ਦੇ ਰਾਹੀਂ ਜਾਂ ਗੁਰੂ ਦੀ ਕਿਰਪਾ ਦੇ ਰਾਹੀਂ ਮੈਂ ਕਿਸੇ ਇੱਕ ਖਾਸ ਮੁਕਾਮ 'ਤੇ ਪਹੁੰਚ ਸਕਿਆ ਵਾਂ ਜਿਵੇਂ ਤੁਸੀਂ ਇੱਕ ਸਟਾਰਟਿੰਗ ਵਿੱਚ ਗੱਲ ਕੀਤੀ ਸੀ ਵੀ ਇੱਕ ਸਕੂਲ ਦੇ ਵਿੱਚ ਇੱਕ ਧਾਰਮਿਕ ਵਿਦਿਆਰਥੀ ਇੱਕ ਧਾਰਮਿਕ ਅਧਿਆਪਕ ਹੈ ਔਰ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਤੱਕ ਸਾਰੀਆਂ ਕਲਾਸਾਂ ਉਹਦੇ ਕੋਲ ਨੇ ਉਹਨੇ ਧਰਮ ਦਾ ਪੀਰੀਅਡ ਲੈਣਾ ਹੈ ਔਰ ਪੀਰੀਅਡ ਵੀ ਕੇਵਲ 2 ਨੇ ਉਹ ਸਾਰਾ ਸਿਲੇਬਸ ਵੀ ਹੈ ਔਰ ਉਹਦੇ ਨਾਲ ਨਾਲ ਵੱਖ ਵੱਖ ਸੰਸਥਾਵਾਂ ਜਿਹੜੀਆਂ ਆ ਜਾਂਦੀਆਂ ਨੇ ਜਿਹੜੀਆਂ ਟੀਚਰ ਨੂੰ ਹੋਰ ਵੀ ਪ੍ਰੈਸ਼ਰਾਈਜ਼ ਕਰ ਦਿੰਦੀਆਂ ਨੇ ਉਹ ਕੀ ਢੰਗ ਤਰੀਕਾ ਹੋ ਜਾਵੇ ਕਿ ਜਿਹਦੇ ਨਾਲ ਜਿਵੇਂ ਗੁਰਮਤਿ ਕੈਂਪਾਂ ਦੀ ਗੱਲ ਹੈ ਜਾਂ ਗੁਰਮਤਿ ਮੁਕਾਬਲਿਆਂ ਦੀ ਗੱਲ ਹੈ ਮੁਕਾਬਲਿਆਂ ਦੇ ਵਿੱਚ ਵੀ ਅਸੀਂ ਵੇਖਦੇ ਹਾਂ ਵੀ ਕੁਝ ਕੁ ਬੱਚੇ ਜਿਹੜੇ ਨੇ ਉਹ ਹੀ ਅੱਗੇ ਵੱਧਦੇ ਜਾ ਰਹੇ ਨੇ ਜਾਂ ਪਿੱਛੇ ਬਾਕੀ ਬੱਚੇ ਨੂੰ ਉਹ ਇੱਥੇ ਕੀ ਅਸੀਂ ਕਰ ਲਈਏ ਕਿ ਜਿਹੜਾ ਉਹ ਸਿਸਟਮ ਬਣ ਜਾਵੇ ਕਿ ਹਰ ਬੱਚੇ ਦੇ ਵਿੱਚ ਖਿੱਚ ਹੋਵੇ ਕਿ ਮੈਂ ਗੁਰਮਤਿ ਮੁਕਾਬਲੇ ਵਿੱਚ ਹਿੱਸਾ ਲੈਣਾ ਹੈ ਸਭ ਤੋਂ ਪਹਿਲਾਂ ਸਕੂਲ ਵਿੱਚ ਕੰਪੀਟੀਸ਼ਨ ਹੋਣੇ ਚਾਹੀਦੇ ਆ ਜੀ ਸਕੂਲ ਵਿੱਚ ਕੰਪੀਟੀਸ਼ਨ ਤੋਂ ਬਾਅਦ ਜਿਹੜੇ ਬੱਚੇ ਵਧੀਆ ਕਰ ਜਾਂਦੇ ਆ ਫਸਟ ਸੈਕਿੰਡ ਥਰਡ ਆਉਂਦੇ ਨੇ ਉਹ ਹੀ ਬੱਚੇ ਅੱਗੇ ਲੈ ਜਾਣੇ ਚਾਹੀਦੇ ਹਰ ਵਾਰੀ ਨਹੀਂ ਕਿ ਉਹ ਹੀ ਬੱਚੇ ਰਿਪੀਟ ਹੁੰਦੇ ਰਹਿਣ ਲੈਕਚਰ ਵਿੱਚ ਜਾਂ ਸ਼ਬਦ ਕੀਰਤਨ 'ਚ ਕਿਸੇ ਵੀ ਕੰਪੀਟੀਸ਼ਨ ਵਿੱਚ ਜਦੋਂ ਅਸੀਂ ਅਲੱਗ ਅਲੱਗ ਬੱਚੇ ਲਵਾਂਗੇ ਦੇਖ ਕੇ ਦੂਸਰੇ ਬੱਚੇ ਵੀ ਉਤਸ਼ਾਹਿਤ ਹੋਣਗੇ ਕਿ ਜੇ ਅੱਜ ਉਸ ਦੀ ਵਾਰੀ ਆਈ ਹੈ ਤਾਂ ਕੱਲ੍ਹ ਨੂੰ ਮੇਰੀ ਵੀ ਆਏਗੀ ਅਤੇ ਜੇ ਅਸੀਂ ਇੱਕੋ ਬੱਚਾ ਰਿਪੀਟ ਕਰਦੇ ਰਹੇ ਉਹ ਬੱਚਾ ਉਹਨੂੰ ਦੇਖ ਕੇ ਕਹਿਣਗੇ ਇਹਨੂੰ ਹਰ ਵਾਰੀ ਟਾਈਮ ਮਿਲਦਾ ਮੈਨੂੰ ਤਾਂ ਕਦੀ ਟਾਈਮ ਮਿਲਿਆ ਹੀ ਨਹੀਂ ਹੈ ਮੈਨੂੰ ਮਿਲਣਾ ਵੀ ਨਹੀਂ ਇਸ ਬਾਰੇ ਸੋਚ ਵੀ ਨਹੀਂ ਸਕਦੇ ਬੱਚੇ ਇਸ ਲਈ ਕਿ ਬੱਚਿਆਂ ਨੂੰ ਸਾਰਿਆਂ ਨੂੰ ਇਕੁਅਲ ਸਮਝੋ ਅਤੇ ਕੰਪੀਟੀਸ਼ਨ ਜਦੋਂ ਹੁੰਦਾ ਹੈ ਕੰਪੀਟੀਸ਼ਨ 'ਚ ਸਾਰੇ ਬੱਚੇ ਪਾਰਟੀਸਪੇਟ ਕਰਨ ਦਸਤਾਰ ਦਾ ਕੰਪੀਟੀਸ਼ਨ ਵੀ ਕਰਵਾਇਆ ਜਾਵੇ 7th ਤੋਂ ਬੱਚੇ ਦਸਤਾਰ ਵਧੀਆ ਤਰੀਕੇ ਨਾਲ ਕਰ ਲੈਂਦੇ ਆ ਜਦੋਂ ਇਹੋ ਬੱਚੇ ਅੱਗੇ ਜਾਂਦੇ ਹੋਰ ਉਤਸ਼ਾਹਿਤ ਹੁੰਦੇ ਆ ਅਤੇ ਇੱਕ ਦੂਸਰੇ ਵੱਲ ਦੇਖ ਕੇ ਵੀ ਜਦੋਂ ਦੂਸਰੇ ਸਕੂਲਸ ਦੇ ਬੱਚੇ ਦੇਖਦੇ ਆ ਉਹਨਾਂ ਨੂੰ ਦੇਖ ਕੇ ਵੀ ਹੁੰਦਾ ਕਿ ਮੈਂ ਇਸ ਤੋਂ ਵਧੀਆ ਕਰਨਾ ਹੈ ਜੀ ਇਸ ਤਰ੍ਹਾਂ ਥੋੜ੍ਹੀ ਬਹੁਤ ਡਿਵੈਲਪਮੈਂਟ ਹੋ ਸਕਦੀ ਹੈ ਜੀ ਪਰ ਇਹ ਕਿ ਅਸੀਂ ਮੈਂ ਤਕਰੀਬਨ ਕਾਫੀ ਇੱਕ ਲੰਬੇ ਸਮੇਂ ਤੋਂ ਵੀ ਇਸ ਫੀਲਡ ਵਿੱਚ ਰਿਹਾ ਵੀ ਦੇਖਦੇ ਕੁਝ ਕੁ ਬੱਚੇ ਨੇ ਉਹ ਲਗਾਤਾਰ ਹੀ ਉਹ ਅੱਗੇ ਆ ਰਹੇ ਨੇ ਔਰ ਜਿਹੜੇ ਸਬਜੈਕਟ ਨੇ ਉਹ ਵੀ ਜਿਹੜੇ ਅਧਿਆਪਕ ਵੱਲੋਂ ਰਿਟਾਇਰ ਹੋਏ ਵਿਸ਼ੇ ਨੇ ਨਾ ਕਿ ਉਹਨਾਂ ਦੀ ਬੱਚਿਆਂ ਦੀ ਕੋਈ ਅੰਦਰ ਦੀ ਫੀਲਿੰਗ ਨਹੀਂ ਹੈ ਕੁਝ ਬੱਚੇ ਹੁੰਦੇ ਨੇ ਉਹ ਅੰਦਰੋਂ ਫੀਲਿੰਗ ਲੈ ਕੇ ਆਉਂਦੇ ਨੇ ਉਹ ਜਦੋਂ ਉਹ ਬੱਚੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਵੀ ਤੁਹਾਨੂੰ ਜਿਹੜੀ ਇਹ ਗੁਰਬਾਣੀ ਜਾਂ ਗੁਰਮਤਿ ਵਿਸ਼ੇ ਦੀ ਸਿੱਖਿਆ ਸੀ ਕਿਹੜੇ ਅਧਿਆਪਕ ਨੇ ਦਿੱਤੀ ਤਾਂ ਉਹ ਕੁਝ ਬੱਚਿਆਂ ਦੇ ਜਿਹੜੇ ਇਹੋ ਜਿਹੇ ਹੁੰਦੇ ਨੇ ਉਹਨਾਂ ਦਾ ਜਵਾਬ ਇਹੀ ਹੁੰਦਾ ਵੀ ਸਾਡੇ ਮਾਤਾ ਪਿਤਾ ਵੱਲੋਂ ਵੀ ਸਾਨੂੰ ਸੀਗਾ ਜਾਂ ਮਾਤਾ ਪਿਤਾ ਦੇ ਵਿੱਚ ਜਿਹੜਾ ਗੁਰਸਿੱਖੀ ਵਾਲੀ ਗੱਲ ਸੀ ਉਹਨਾਂ ਨੇ ਸਾਨੂੰ ਇਹ ਚੀਜ਼ ਸਿਖਾਈ ਹੈ ਪਰ ਉਹਦੇ ਮੁਕਾਬਲੇ ਜਿਹੜੇ ਇੱਕ ਅਧਿਆਪਕ ਵੱਲੋਂ ਤਿਆਰ ਕੀਤੇ ਹੋਏ ਬੱਚੇ ਨੇ ਉਹ ਪੈਟ ਟੋਪਿਕ ਰਟੇ ਰਟਾਇਆ ਹੁੰਦਾ ਹੈ ਔਰ ਉਹ ਦੋਨਾਂ ਦੀ ਫੀਲਿੰਗਸ ਜਿਹੜੀ ਸਟੇਜ 'ਤੇ ਆ ਕੇ ਦੋਵਾਂ ਵਿੱਚ ਇੱਕ ਬੜਾ ਫਰਕ ਹੁੰਦਾ ਹੈ ਸੋ ਉਹ ਜਾਂ ਅਧਿਆਪਕ ਜੇ ਪੇਰੈਂਟਸ ਆਪਣੇ ਘਰ ਵਿੱਚ ਆਪਣੇ ਬੱਚਿਆਂ ਨੂੰ ਇੱਕ ਚੰਗੇ ਤਰੀਕੇ ਨਾਲ ਮੋਟਿਵ ਕਰਕੇ ਜਿਹੜੇ ਆਲਰੇਡੀ ਗੁਰਸਿੱਖੀ ਨਾਲ ਜੁੜੇ ਹੋਏ ਨੇ ਉਹ ਬੱਚੇ ਤਾਂ ਅੱਗੇ ਆ ਗਏ ਪਰ ਅਧਿਆਪਕ ਹੋਣ ਦੇ ਨਾਤੇ ਉਹਨਾਂ ਦਾ ਤਾਂ ਕੇਵਲ ਇੱਕ ਜਾਂ ਦੋ ਬੱਚੇ ਸੀ ਪੇਰੈਂਟਸ ਦੇ ਇੱਕ ਜਾਂ ਦੋ ਜਾਂ ਤਿੰਨ ਬੱਚੇ ਸੀ ਉਹਨਾਂ ਨੇ ਆਪਣੇ ਬੱਚੇ ਮੋਟੀਵੇਟ ਕਰ ਲਏ ਪਰ ਇੱਕ ਟੀਚਰ ਜਿਹਦੇ ਕੋਲ ਇੱਕ ਕਲਾਸ ਵਿੱਚ 20 ਜਾਂ 25 ਬੱਚੇ ਨੇ ਉਹਦੇ ਵਿੱਚੋਂ ਇੱਕ ਬੱਚਾ ਜਿਹੜਾ ਉਹ ਰੱਟੇ ਮਾਰ ਕੇ ਆ ਰਿਹਾ ਹੈ ਉਹਦੇ ਅੰਦਰ ਉਹ ਫੀਲਿੰਗ ਨਹੀਂ ਹੈ ਤਾਂ ਇੱਥੇ ਕਿਹੜੀ ਘਾਟ ਹੈ ਕਿ ਕੀ ਜ਼ਿੰਮੇਵਾਰੀ ਬਣ ਜਾਂਦੀ ਹੈ ਧਾਰਮਿਕ ਅਧਿਆਪਕ ਦੀ ਕਿ ਉਹ ਆਪਣੀ ਜਿਹੜੀ ਆ ਰਿਸਪੋਂਸੀਬਿਲਟੀ ਉਹਨੂੰ ਕਿਸ ਢੰਗ ਨਾਲ ਜਿਹੜਾ ਕਰੇ ਆ ਜਾਂ ਜਿਹੜੇ ਟਰੱਸਟ ਨੇ ਜਾਂ ਜਿਹੜੀਆਂ ਸੰਸਥਾਵਾਂ ਨੇ ਜਾਂ ਇੰਸਟੀਟਿਊਸ਼ਨ ਨੇ ਉਹ ਅਧਿਆਪਕ ਨੂੰ ਕਿਸ ਢੰਗ ਨਾਲ ਲੈਣ ਕਿ ਜਿਹੜਾ ਵਿਦਿਆਰਥੀ ਦਾ ਰਿਜ਼ਲਟ ਚੰਗਾ ਬਣ ਸਕੇ ਸਟੇਜ ਦੇ ਉੱਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਡਿਵਨਿਟੀ ਟੀਚਰ ਉੱਤੇ ਬਹੁਤ ਜ਼ਿਆਦਾ ਬਰਡਨ ਪਾਇਆ ਜਾਂਦਾ ਹੈ ਇਸ ਕਾਰਨ ਬੱਚੇ ਨੂੰ ਰੈਟੀਫਿਕੇਸ਼ਨ ਕਰਨ 'ਤੇ ਮਜਬੂਰ ਟੀਚਰ ਨੂੰ ਹੀ ਹੋਣਾ ਪੈਂਦਾ ਹੈ ਅਤੇ ਬਾਅਦ ਵਿੱਚ ਟੀਚਰ ਨੂੰ ਹੀ ਕਿਹਾ ਜਾਂਦਾ ਹੈ ਕਿ ਤੁਹਾਡੇ ਕਾਰਨ ਹੀ ਇਹ ਸਭ ਕੁਛ ਹੋ ਰਿਹਾ ਆ ਇਹ ਜੇ ਥੋੜ੍ਹਾ ਜਿਹਾ ਬਰਡਨ ਘੱਟ ਜਾਵੇ ਜਿਸ ਤਰ੍ਹਾਂ ਇੱਕ ਸਕੂਲ ਦੇ 3 ਸੈਕਸ਼ਨ ਹੈ ਜੀ ਪਲੱਸ 2 ਤੱਕ 3 ਸੈਕਸ਼ਨ ਆ ਅਤੇ 3 ਸੈਕਸ਼ਨ ਦੇ ਵਿੱਚ ਤੁਸੀਂ ਆਪ ਸੋਚੋ ਟੀਚਰ ਕਿਹੜਾ ਕਿਹੜਾ ਸਬਜੈਕਟ ਕਿਸ ਤਰ੍ਹਾਂ ਆਪਣਾ ਸਿਲੇਬਸ ਕਵਰ ਕਰੇਗਾ ਅਤੇ ਜਦੋਂ ਸਿਲੇਬਸ ਵੀ ਕੁਛ ਬਰਡਨ ਸਿਲੇਬਸ ਦਾ ਵੀ ਹੁੰਦਾ ਹੈ ਇਹਦੇ ਨਾਲ ਹੋਰ ਇਹ ਸੰਸਥਾਵਾਂ ਦੇ ਨਾਲ ਗੁਰਮਤ ਦੀਆਂ ਹੋਰ ਵੀ ਸੰਸਥਾਵਾਂ ਆ ਜਾਂਦੀਆਂ ਹੈ ਕਿ ਤੁਹਾਡੇ ਗੁਰਮਤ ਦੇ ਟੀਚਰ ਨੇ ਇਹ ਵਾਲੇ ਫਾਰਮ ਆ ਰਹੇ ਆ ਇਹਨਾਂ ਦੀ ਡਿਊਟੀ ਆ ਕਿ ਇਹ ਵਾਲੇ ਫਾਰਮ ਇਹਨਾਂ ਕੋਲ ਭਰਵਾਏ ਜਾਣ ਹੁਣ ਇੱਕ ਟੀਚਰ ਕਿਹੜਾ ਕਿਹੜਾ ਕੰਮ ਕਰੇਗਾ ਜਿਸ ਤਰ੍ਹਾਂ ਆ ਰਹੇ ਆ ਹੁਣ ਮਿਨੋਰਟੀ ਦੇ ਫਾਰਮਸ ਆ ਜਾਣੇ ਆ ਉਹ ਵੀ ਟੀਚਰ ਡਿਵਨਿਟੀ ਟੀਚਰ ਦੀ ਹੀ ਡਿਊਟੀ ਆ ਕਿ ਉਹ ਹੀ ਇਹ ਫਾਰਮ ਫਿਲ ਕਰਾਵੇ ਮੈਂ ਖੁਦ ਜਾਂਦੀ ਰਹੀ ਹਾਂ ਬੱਚਿਆਂ ਕੋਲੋਂ ਸਾਰਾ ਬਾਇਓਡਾਟਾ ਲੈ ਕੇ ਆਪ ਮੈਂ ਜਾਣਾ ਕਿ ਚਲੋ
कम से कम इन्ना तो है ना कि मैं इन्नी मदद करा बच्चों की असं कि पल्यों दे रहे हैं जो सरकार दे रही है तो बच्चों तक मदद पहुँचनी चाहिए है बच्चों तक पहुँची भी आ पर कोई भी हैडेक नहीं लैंदा ना कोई टीचर ना स्कूल वाले बस वो ये सोचते हैं कि ये टीचर ऐसे का काम है तो यो ही काम करे जी जी रात को 9:30-10 बजे तक मैं कंप्यूटर से सारा काम करवा के घर आती रही हाँ पर स्कूल भी मैं फोन करना जड़े हैड कि मैं इन्ने बजे सर अज घर पहुँची हाँ पर स्कूल जाके उन्होंने कभी नहीं कहना कि तुम इन्ने टाइम से पहुँचे हो जी जी कभी पूछना भी नहीं है कि क्यों इन्ना टाइम होया तुम की करते रहे इन्नी देर बस ठीक है काम कर रहे करी जान कोई मतलब ही नहीं उन्होंने डिविनिटी टीचर ना इस करके इन्ना बर्डन होने के कारण टीचर इन्ना काम नहीं कर सकता जी जी बिल्कुल जिमें दर्शक गलबात सुन रहे हैं रविंद्र कौर जी की जो गुरमत अध्यापक के तौर पर स्कूल अपनी ड्यूटी निभा रहे हैं यह बिल्कुल ही एक बड़ा ही एक वक्रा विशा सीगा क्योंकि आप गुरमत अध्यापक की गल करते हैं जब बच्चों के स्कूलों के धर्म की गल करते हैं तो उसे कितना कितने सानू जो गुरमत अध्यापक के नाल भी न्याय करना पवेगा जेकर असी गल करिए भी उन्हां दी गलबात दे विचों सानू यह पता लगा भी गुरमत अध्यापक दीआं की समस्यावां ने बहुत ज़्यादा क्लासां ने बहुत घट पीरियड ने वो पीरियड के बावजूद जिहड़ी साडे सिख इंस्टीट्यूशन ने जां सिख संस्थावां ने वह भी एक जां दो स्कूलों जां कुछ खास स्कूलों टारगेट कर लैंदियां ने एक स्कूल जिहड़ा है वह धार्मिक प्रीख्या वास्ते फार्म भरन वास्ते अध्यापक नूं कह रहा है अध्यापक वह फार्म भर रहा है फिर स्कॉलरशिप की गल है वह फार्म भी अध्यापक नूं भरने पैंदे ने फिर जे गुरमत कैंप ऑर्गनाइज़ करना है वह भी गुरमत अध्यापक की ड्यूटी है जे किसी गुरमत मुकाबले में हिस्सा लैना है कोई संस्था मुकाबले करवाने चाहती है वो ड्यूटी भी जी टीचर की है जे होर किसी संस्था के वलों धार्मिक प्रीख्या की गल है वो ड्यूटी भी उस अध्यापक की है सो इस अलावा भी बहुत सारे जो टारगेट ने वो मेह दिए गए हैं भी इन्ने बच्चे हर साल अमृतारी होने चाहिए ने इन्ने बच्चे हर साल केस रखने चाहिए ने जे इस तो घट रखते हैं जो घट तुम अमृत नहीं छका पाते सो योजे जे टारगेट आ तो योजी जी अचीवमेंट्स है इन अचीवमेंट नहीं कहे क्योंकि ये एक सही ढंग नहीं है कि गुरमत अध्यापक जोड़ा वा वो आजादाना तौर पर ज पूरी डेडिकेशन के अपना जो उस सबजैक्ट काम नहीं कर पा रहा सो इतने अज साडिया सारिया ही सिख संस्थावान ये सोचना पवेगा कि एक जो अं गुरमत अध्यापक किसी स्कूल के थान दे दें तो वो गुरमत अध्यापक का काम लिया जाए तो जड़िया दूसरिया संस्थावान ने जड़िया उन्होंने स्कूलों दोबारा टारगेट कर दें आपस में सलाह मशवरा करके जिमें रविंद्र कौर जी ने ब्रेक से जाने तो पहले दसिया भी सलाह मशवरा करके एक सिलेबस मेनटेन कर लिया जाए या इलाके जड़े ने सारी संस्थावान वंड लैन भी एक जी संस्था है वो फलाने इलाके के स्कूलों अपना जोड़ा वा दायरा रखेगी दूसरी संस्था जी है वह दूसरे स्कूलों जोड़ा दायरा रखे दूजी गल इन्होंने गुरमत कैंपा की की है ज गुरमत मुकाबल की है कि वह मुकाबले भी स्कूल पद्धर से हो ना कि जरा सारे स्कूलों चुने हुए कुछ बच्चे जो रिपीट होंगे जा रहे हैं उन्होंने भी अगे लिया के जो पेश कर दिया जाए तो वह इनाम जोड़े स्कूल के खाते जमा होंगे जान सो जी गुरमत अध्यापक दस्यावान से या गुरमत अध्यापक दी ड्यूटियां से या स्कूल मैनेजमेंट मैनेजमेंट के जोड़े आ सुधार होने चाहिए ने आप गलबात की है रविंद्र कौर जी असं इन्हों का बहुत बहुत धन्यवाद करते हैं जिन्होंने अपना समा कढ़िया और साडे दर्शकों के नाल एक अहम विषय उत्ते जी वो सांझ पाई है ठीक इस तरह आने वाले समय के भी असी होर वख वख विषयां दे उत्ते सिख शख्सियतां दे नाल आप जी नूं रूबरू करावांगे ताकि जिथे असीं सिख पंथ दीआं दरपेश समस्यावां नूं समझ सकीए उसे इहनां दे हल करन वास्ते वी यतनशील हो सकीए सो समां क्योंकि होर इजाजत नहीं दिंदा सो मैनूं दिओ इजाजत वाहिगुरू जी का खालसा वाहिगुरू जी की फतेह